ਇਹਦੀ ਅਧੀਨਗੀ ਕਬੂਲ ਕਰਦੇ ਨੇ। ਇਸ ਕਰਕੇ ਤੁਹਾਡੇ ਲਈ ਵੀ ਇਹੀ ਯੋਗ ਹੈ ਕਿ ਤੁਸੀਂ ਬਾਦਸ਼ਾਹ ਦੇ ਨਾਲ ਮੱਥਾ ਨਾ ਲਾਓ। ਸੁਣ ਕੇ ਸਤਿਗੁਰੂ ਜੀ ਨੇ ਜਵਾਬ ਦਿੱਤਾ ਕਿ ਦੂਤ ਜਾ ਕੇ ਮੁਖਲਸ ਖਾਨ ਨੂੰ ਕਹਿ ਦੇ, ਅਸੀਂ ਪਰਮਾਤਮਾ ਦੀ ਬਣਾਈ ਹੋਈ ਜਿਹੜਾ ਸਾਰੇ ਸ੍ਰਿਸ਼ਟੀ ਦਾ ਬਾਦਸ਼ਾਹਾਂ ਦਾ ਬਾਦਸ਼ਾਹ ਹੈ, ਉਹਦੀ ਬਣਾਈ ਹੋਈ ਪ੍ਰਕਿਰਤੀ ਵਿੱਚ ਰਹਿੰਦੇ ਹਾਂ, ਪਰਮਾਤਮਾ ਦੀ ਰਈਅਤ ਆ, ਤੇਰੇ ਝੂਠੇ ਬਾਦਸ਼ਾਹ ਦੀ ਰਈਅਤ ਨਹੀਂ। ਨਾਲੇ ਜਿਹੜੀ ਭਾਜੀ ਪਾਈ ਸੀ ਬਾਦਸ਼ਾਹ ਨੇ, ਅਸੀਂ ਉਹੀ ਪਰਤਾਈ ਹੈ। ਉਹਨੇ ਸਾਡਾ ਘੋੜਾ ਖੋਇਆ ਸੀ, ਅਸੀਂ ਉਹਦਾ ਬਾਜ ਲੈ ਲਿਆ, ਬਦਲਾ ਬਰਾਬਰ ਹੋ ਗਿਆ। ਰਹੀ ਗੱਲ ਉਹਦੇ ਤੋਂ ਭੈ ਮੰਨਣ ਦੀ, ਤੇ ਉਹ ਸਾਡੇ ਹਿਰਦੇ ਵਿੱਚ ਨਹੀਂ ਹੈ। ਜੇ ਲੜਨ ਦੀ ਗੱਲ ਕਰਦਾ ਤੇ ਲੜਦਿਆਂ ਲਾਹੌਰ ਤੱਕ ਕੱਟਦੇ ਆਵਾਂਗੇ, ਔਰ ਬਾਦਸ਼ਾਹ ਸ਼ਾਹਜਹਾਨ ਦੀ ਸਾਰੀ ਫੌਜ ਨਿਪੇੜ ਕੇ ਇਹਦੇ ਕੋਲ ਜਿਹੜਾ ਦਿੱਤਾ ਹੋਇਆ ਰਾਜ ਹੈ ਉਹ ਖੋਹ ਕੇ ਆਪਣੇ ਸਿੱਖਾਂ ਨੂੰ ਦੇ ਦੇਵਾਂਗੇ, ਕਿਉਂਕਿ ਇਹ ਰਾਜ ਸਾਡੇ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਇਹਦੇ ਬਜ਼ੁਰਗਾਂ ਨੂੰ ਦਿੱਤਾ ਹੈ, ਤੇ ਜੇ ਦਿੱਤਾ ਹੈ ਤੇ ਅਸੀਂ ਲੈਣਾ ਵੀ ਜਾਣਦੇ ਹਾਂ। ਇਸ ਕਰਕੇ ਜਾਓ, ਜਾ ਕੇ ਕਹਿ ਦਿਓ ਅਸੀਂ ਲੜਨ ਨੂੰ ਤਿਆਰ ਹਾਂ। ਮੁਖਲਸ ਖਾਨ ਨੇ ਜਦੋਂ ਮਹਾਰਾਜ ਜੀ ਦਾ ਜਵਾਬ ਸੁਣਿਆ, ਇਹਨੇ ਵੇਖਿਆ ਕਿ ਜੇ ਮੈਂ ਇਸੇ ਤਰ੍ਹਾਂ ਜਿਉਂਦਾ ਵਾਪਸ ਪਰਤਦਾ ਤੇ ਬਾਦਸ਼ਾਹ ਨੇ ਮੈਨੂੰ ਮਰਵਾ ਦੇਣਾ, ਲਾਹਨਤਾਂ ਪੈਣਗੀਆਂ ਵੱਖਰੀਆਂ, ਲੋਕਾਂ ਵਿੱਚ ਅਪਜਸ ਹੋਵੇਗਾ, ਅਨਾਦਰ ਹੋਵੇਗਾ, ਇਹੋ ਜਿਹੀ ਜ਼ਿੰਦਗੀ ਨਾਲੋਂ ਤਾਂ ਚੰਗਾ ਇੱਥੇ ਲੜ ਕੇ ਮਰ ਜਾਣਾ, ਘੱਟੋ ਘੱਟ ਇੱਥੇ ਮਰ ਕੇ ਇੱਜ਼ਤ ਤਾਂ ਹੋਵੇਗੀ, ਅੱਗੇ ਪਰਲੋਕ ਵਿੱਚ ਵੀ ਬਹਿਸ਼ਤ ਵਿੱਚ ਜਗ੍ਹਾ ਮਿਲੇਗੀ। ਤੋ ਮੁਖਲਸ ਖਾਨ ਨੇ ਲੜਨ ਦਾ ਫੈਸਲਾ ਕੀਤਾ ਹੈ। ਆਲੇ ਦੁਆਲੇ ਨਿਗਾਹ ਮਾਰੀ, ਕੋਈ ਚੰਗਾ ਜਰਨੈਲ ਇਹਨੂੰ ਨਜ਼ਰ ਨਹੀਂ ਆਇਆ ਜਿਹਨੂੰ ਅੱਗੇ ਟੋਰ ਕੇ ਲੜ ਸਕਦਾ ਸੀ। ਆਖਿਰਕਾਰ ਆਪ ਹੀ ਮੁਖਲਸ ਖਾਨ ਆਪਣੀ ਬਚੀ ਹੋਈ ਫੌਜ ਦੇ ਨਾਲ ਲੜਨ ਵਾਸਤੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਵੱਲੇ ਵਧਿਆ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗਰੀਬ ਨਵਾਜ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਹਾਂ। ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਹੁਤੋਂ ਸੰਤੋਂਕਾਰ ਕੋ ਸੁਨ ਸਿੱਖ ਆਏ ਦੌਰ। ਬਹੁਤ ਸਾਰੇ ਧੌਂਸੇ ਤੇ ਨਗਾਰੇ ਜਦੋਂ ਵੱਜੇ, ਮੁਖਲਸ ਖਾਨ ਜਦੋਂ ਚੜ੍ਹਿਆ ਤੇ ਇਹਨੇ ਆਪਣੇ ਸਾਰੇ ਨਗਾਰਿਆਂ ਤੇ ਚੋਭਾਂ ਲਵਾ ਦਿੱਤੀਆਂ। ਨਗਾਰਿਆਂ ਦੀ ਆਵਾਜ਼ ਸੁਣ ਕੇ ਬਹੁਤ ਸਾਰੇ ਸਿੱਖ ਜਿਹੜੇ ਅੱਗੇ ਜੰਗ ਦੇ ਮੈਦਾਨ 'ਚ ਖੜ੍ਹੇ ਸਨ, ਉਹ ਵਾਪਸ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਆਏ ਖਬਰ ਦੇਣ ਵਾਸਤੇ। ਸ੍ਰੀ ਹਰਗੋਬਿੰਦ ਸੋ ਕਯੋ ਸੁਨੋ ਗੁਰੂ ਸਿਰ ਮੌਰ। ਸਿੱਖਾਂ ਨੇ ਆ ਕੇ ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਹੈ ਸੋਢੀ ਕੁਲ ਸਿਰ ਮੌਰ ਸਤਿਗੁਰੂ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸੁਣਨਾ ਕਰੋ। ਚੋ ਪਈ
ਆਪਗੇ ਦੂਰ ਹੁਤੇ ਹਮ ਖਰੇ। ਕਹਿਣ ਲੱਗੇ ਮਹਾਰਾਜ ਜੀ, ਅੱਗੇ ਅਸੀਂ ਸਾਹਮਣੇ ਦੂਰ ਹੋ ਕੇ ਵੈਰੀ ਦਲ ਦੇ ਸਾਹਮਣੇ ਖੜੇ ਸੀ, ਜਬ ਕੇ ਕਤਲ ਪਏ ਰਿਪ ਮਰੇ। ਜਦੋਂ ਦੇ ਦੁਸ਼ਮਣ ਮਾਰੇ ਗਏ ਨੇ, ਮੁਖਲਸ ਖਾਨ ਦੀ ਫੌਜ ਪਿੱਛੇ ਹਟੀ ਹੈ, ਕਾਫੀ ਦੂਰ ਜਾ ਕੇ ਖਲੋ ਗਈ ਹੈ। ਤਕੜਾਈ ਹਿਤ ਇੱਕ ਸੌ ਠਾਂਡੇ, ਅਸੀਂ ਤਕੜਾਈ ਕਰਨ ਵਾਸਤੇ ਬੜੀ ਕਰੜਾਈ ਦੇ ਨਾਲ ਅੱਗੇ ਮੋਰਚਾ ਲਾ ਕੇ ਖੜੇ ਹਾਂ। ਪਕੜੇ ਸ਼ਸਤਰ ਸ਼ਤਰੂ ਹਿਤ ਗਾਡੇ, ਔਰ ਸ਼ਸਤਰ ਪਕੜ ਕੇ ਦੁਸ਼ਮਣ ਨੂੰ ਮਾਰਨ ਵਾਸਤੇ ਪਰਪੱਕ ਪੈਰ ਕਰਕੇ, ਪੱਕੇ ਪੈਰ ਕਰਕੇ ਖੜੇ ਹਾਂ। ਜੇ ਤਕ ਤੁਰਕ ਸਮੂਹ ਪਗੈਲ, ਮਹਾਰਾਜ ਜਿਹੜੇ ਤੁਰਕ ਪਹਿਲਾਂ ਭੱਜ ਗਏ ਸੀ, ਭਗੌੜੇ ਹੋ ਕੇ ਰਣ ਭੂਮੀ ਨੂੰ ਛੱਡ ਕੇ ਨੱਠ ਗਏ ਸਨ। ਔਰ ਜੇ ਤਕ ਰਾਖੇ ਨਿਜ ਗੈਲ, ਫਿਰ ਜਿਹੜੇ ਮੁਖਲਸ ਖਾਨ ਨੇ ਆਪਣੇ ਨਾਲ ਰੱਖੇ ਸਨ, ਜਿਹੜੀ ਫੌਜ ਉਹਦੇ ਨਾਲ ਰਹਿ ਗਈ ਸੀ, ਸਭ ਕਰ ਇਕੱਠੇ ਰਿਸ ਕੋ ਠਾਨ, ਉਸ ਬਚੀ ਬਚਾਈ ਫੌਜ ਨੂੰ ਆਪਣੇ ਨਾਲ ਲੈ ਕੇ ਬੜੇ ਗੁੱਸੇ ਵਿੱਚ, ਬੜੇ ਰੋਸ ਵਿੱਚ ਮੁਖਲਸ ਖਾਨ ਲੈ ਕੇ ਚੜਿਆ ਹੈ। ਆਪ ਚੜਿਓ ਅਬ ਮੁਗਲਸ ਖਾਨ, ਮਹਾਰਾਜ ਜਾਪਦਾ ਹੈ ਮੁਖਲਸ ਖਾਨ ਅਖੀਰੀ ਹੱਲਾ ਕਰਨਾ ਚਾਹੁੰਦਾ ਹੈ। ਉਹਦੇ ਨਾਲ ਉਹਦੀ ਫੌਜ ਹੈ, ਜਿਹੜੀ ਭੱਜੀ ਹੋਈ ਫੌਜ ਹੈ ਉਹ ਵੀ ਹੈ, ਜਿਹੜੀ ਫੌਜ ਉਹਦੇ ਨਾਲ ਖੜੀ ਸੀ ਉਹ ਵੀ ਹੈ। ਸਾਰੀ ਫੌਜ ਨੂੰ ਲੈ ਕੇ ਮੁਖਲਸ ਖਾਨ ਨਗਾਰੇ ਵਜਾਉਂਦਾ ਹੋਇਆ ਚੜ ਕੇ ਆ ਰਿਹਾ। ਗਨ ਨਿਸ਼ਾਨ ਬਾਜ ਤੇ ਅਬ ਆਵੇ, ਉਹਦੇ ਅੱਗੇ ਅੱਗੇ ਨਗਾਰੇ ਵੱਜਦੇ ਆ ਰਹੇ ਨੇ, ਉਹਦੇ ਨਿਸ਼ਾਨ ਝੁਲਦੇ ਆ ਰਹੇ ਨੇ। ਬਾਦਤ ਅਪਰ ਅਨੇਕ ਬਜਾਵੇ, ਹੋਰ ਵੀ ਕਈ ਤਰ੍ਹਾਂ ਦੇ ਸਾਜ ਵੱਜ ਰਹੇ ਨੇ, ਢੋਲ ਤੇ ਮਰਦੰਗ ਵੱਜ ਰਹੇ ਨੇ, ਮਾਰੂ ਰਾਗ ਵੱਜ ਰਹੇ ਨੇ। ਫਰਰੇ ਛੁੱਟੇ ਨਿਸ਼ਾਨ ਅਗਾਰੀ, ਨਿਸ਼ਾਨਾਂ ਦੇ ਫਰਲੇ ਅੱਗੇ ਅੱਗੇ ਝੁਲਦੇ ਆ ਰਹੇ ਨੇ, ਉਹਦੀ ਫੌਜ ਦੀ ਅਗਵਾਈ ਕਰਦਿਆਂ ਹੋਇਆ। ਆਵਤ ਦਲ ਜੁੱਤ ਬੜ ਹੰਕਾਰੀ, ਬੜੇ ਵੱਡੇ ਦਲ ਸਮੇਤ, ਜਿੰਨਾ ਬਚਿਆ ਖੁਚਿਆ ਦਲ ਸੀ ਮੁਖਲਸ ਖਾਨ ਦਾ, ਉਸ ਦਲ ਦੇ ਸਮੇਤ ਬੜੇ ਗਰਬ ਵਿੱਚ, ਬੜੇ ਹੰਕਾਰ ਦੇ ਵਿੱਚ, ਮਾਣ ਵਿੱਚ ਮੱਤਿਆ ਹੋਇਆ ਮੁਖਲਸ ਖਾਨ ਚੜਿਆ ਆ ਰਿਹਾ। ਸਾਵਧਾਨ ਹੋ ਜੇ ਗੁਰ ਪੂਰੇ, ਇਹ ਪੂਰਨ ਸਤਿਗੁਰੂ ਗਰੀਬ ਨਵਾਜ ਜੀ, ਹੁਣ ਆਪ ਜੀ ਨੂੰ ਵੀ ਅੱਗੋਂ ਸਾਵਧਾਨ ਹੋਣਾ ਚਾਹੀਦਾ, ਲੜਨ ਵਾਸਤੇ ਤਿਆਰੀ ਕਰਨੀ ਚਾਹੀਦੀ ਹੈ, ਫੌਜ ਦਾ ਹੱਲਾ ਰੋਕਣਾ ਚਾਹੀਦਾ ਹੈ। ਇਕੱਠੇ ਕਰੋ ਨਿਕਟ ਗਨ ਸੂਰੇ, ਆਪ ਜੀ ਵੀ ਆਪਣੀ ਸਾਰੀ ਫੌਜ ਨੂੰ ਆਪਣੇ ਨੇੜੇ ਇਕੱਤਰ ਕਰ ਲਵੋ, ਤਾਂ ਜੋ ਦੁਸ਼ਮਣ ਦਲ ਦੇ ਇਸ ਹੱਲੇ ਨੂੰ ਰੋਕਿਆ ਜਾ ਸਕੇ। ਅਬ ਕੈ ਇੱਕ ਹੱਲੇ ਕੇ ਤੁਰਕਾ, ਮਹਾਰਾਜ ਹੁਣ ਬਹੁਤਾ ਜੰਗ ਨਹੀਂ ਰਿਹਾ, ਬਸ ਹੁਣ ਤਾਂ ਇੱਕੋ ਹੱਲੇ ਦੇ ਨਾਲ ਇਹ ਤੁਰਕ ਮਾਰੇ ਜਾਣੇ ਨੇ, ਸਮਝ ਲੋ ਇਹ ਅਖੀਰ ਲਈ ਹੱਲਾ ਹੋਵੇਗਾ। ਵਿਜੇ ਟੰਕ ਤਬ ਬਾਜੇ ਗੁਰ ਕਾ, ਬਾਦਸ਼ਾਹ ਬਸ ਇਸ ਇੱਕੋ ਹੱਲੇ ਨਾਲ ਤੁਰਕਾਂ ਨੂੰ ਭਾਜੜ ਪੈ ਜਾਣੀ ਹੈ, ਤੁਰਕ ਮਾਰੇ ਜਾਣੇ ਨੇ, ਔਰ ਆਪ ਜੀ ਦੇ ਜਿੱਤ ਦੇ ਨਗਾਰੇ ਜੰਗ ਦੇ ਮੈਦਾਨ ਵਿੱਚ ਵੱਜ ਟੁਰਨੇ ਨੇ, ਆਪ ਜੀ ਦੀ ਫਤਿਹ ਹੋ ਜਾਣੀ ਹੈ ਮਹਾਰਾਜ, ਆਪ ਜੀ ਦੀ ਜਿੱਤ ਹੋ ਜਾਣੀ ਇਸ ਜੰਗ ਦੇ ਮੈਦਾਨ ਵਿੱਚ। ਲੱਖਾ ਟਿਗ ਨਗਾਰਚੀ ਆਹਾ, ਮਹਾਰਾਜ ਜੀ ਦਾ ਨਗਾਰਚੀ ਸੀ ਭਾਈ ਲੱਖਾ, ਲੱਖਾ ਨਗਾਰਚੀ ਛੇਵੇਂ ਪਾਤਸ਼ਾਹ ਦਾ ਵੀ ਰਿਹਾ, ਇੱਕ ਲੱਖਾ ਨਗਾਰਚੀ ਦਸਵੇਂ ਪਾਤਸ਼ਾਹ ਦਾ ਵੀ ਰਿਹਾ। ਇਹ ਭਾਈ ਲੱਖਾ ਨਗਾਰਚੀ ਦਾ ਨਾਮ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਕੋਲ ਸੀ, ਨਗਾਰਾ ਲੈ ਕੇ ਖੜਾ ਹੋਇਆ। ਖਾਸ ਗੁਰੂ ਕੇ ਜੋ ਨਿਤ ਰਹਾ, ਇਹ ਗੁਰਦੇਵ ਦਾ ਖਾਸ ਨਗਾਰਚੀ ਸੀ, ਜਿਹੜਾ ਹਰ ਵੇਲੇ ਮਹਾਰਾਜ ਜੀ ਦੇ ਨੇੜੇ ਰਹਿੰਦਾ ਸੀ ਛੇਵੇਂ ਪਾਤਸ਼ਾਹ ਦੇ। ਮਹਾਰਾਜ ਜੀ ਇਹਦੇ ਨਾਲ ਬੜਾ ਪਿਆਰ ਕਰਦੇ ਸਨ, ਭਾਈ ਲੱਖੇ ਨਗਾਰਚੀ ਨਾਲ। ਸੈਨਾਪਤੀ ਅਪਰਨ ਕੇ ਜੁਦੇ, ਔਰ ਬਾਕੀ ਜਿਹੜੇ ਸੈਨਾਪਤੀ ਸਨ ਉਹਨਾਂ ਦੇ ਵੱਖਰੇ ਨਗਾਰਚੀ ਸੀ।
ਇਹ ਲੱਖਾਂ ਨਗਾਰ ਜੀ ਉਚੇਚਾ ਕੇਵਲ ਛੇਵੇਂ ਪਾਤਸ਼ਾਹ ਜਦੋਂ ਚੜ੍ਹਦੇ ਸੀ ਉਦੋਂ ਇਹ ਨਗਾਰਾ ਵਜਾਉਂਦਾ ਸੀ, ਬਾਕੀ ਜਿਹੜੇ ਮਹਾਰਾਜ ਜੀ ਦੇ ਸੈਨਾਪਤੀ ਜਦੋਂ ਚੜ੍ਹਦੇ ਸੀ ਉਹਨਾਂ ਨਾਲ ਵੱਖਰੇ ਨਗਾਰ ਜੀ ਸਾਰੇ ਵੱਖਰੇ ਵੱਖਰੇ ਨਗਾਰੇ ਲੈ ਕੇ ਚੜ੍ਹਦੇ ਸੀ। ਲੱਖਾਂ ਨਗਾਰ ਜੀ ਕੇਵਲ ਛੇਵੇਂ ਪਾਤਸ਼ਾਹ ਦੇ ਚੜ੍ਹਨ ਵੇਲੇ ਨਗਾਰਾ ਵਜਾਉਂਦਾ ਸੀ, ਉਸ ਲੱਖੇ ਨਗਾਰ ਜੀ ਨੂੰ ਮਹਾਰਾਜ ਜੀ ਨੇ ਆਪਣੇ ਕੋਲ ਸੱਦਿਆ ਹੈ। ਸ਼੍ਰੀ ਹਰਿ ਗੋਬਿੰਦ ਬਾਕ ਉਚਾਰੇ, ਲੱਖੇ ਨਗਾਰ ਜੀ ਨੂੰ ਆਵਾਜ਼ ਮਾਰ ਕੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਦੋਹਰੀ ਚੋਬਨ ਹਨੋ ਨਗਾਰੇ। ਭਾਈ ਲੱਖਾ ਜੀ ਨਗਾਰੇ ਤੇ ਦੋਹਰੀਆਂ ਚੋਬਾਂ ਲਾ ਦਿਓ, ਕਿਉਂਕਿ ਹੁਣ ਅਸੀਂ ਆਪ ਖੁਦ ਚੜ੍ਹਾਈ ਕਰਨੀ ਹੈ। ਦੋਰੀਆਂ ਚੋਬਾ ਨਗਾਰੇ ਤੇ ਭਾਈ ਲੱਖਾ ਜੀ ਲਾ ਦਿਓ। ਕਰੋ ਸੂਰ ਸੱਜੀ ਰਿਪ ਮਾਰੇ, ਸਾਰੇ ਸੂਰਮੇ ਇਕੱਠੇ ਕਰ ਲੋ, ਸਾਰੇ ਸੂਰਮੇ ਸੱਜ ਧੱਜ ਕੇ ਤਿਆਰ ਹੋ ਜਾਓ, ਕਿਉਂਕਿ ਹੁਣ ਇਕੱਠਿਆਂ ਹੋ ਕੇ ਹਮਲਾ ਕਰਨਾ ਤੇ ਇਸੇ ਇੱਕੋ ਹਮਲੇ ਵਿੱਚ ਸਾਰੀ ਰਣ ਭੂਮੀ ਦਾ ਫੈਸਲਾ ਹੋ ਜਾਣਾ ਹੈ। ਇਹ ਅਖੀਰਲਾ ਹੱਲਾ, ਇਸੇ ਹੱਲੇ ਨੇ ਜਿੱਤ ਤੇ ਹਾਰ ਦਾ ਫੈਸਲਾ ਕਰ ਦੇਣਾ ਹੈ। ਅਬ ਕੇ ਥੇਰੇ ਨਾ ਭਾਜ ਪਧਾਰੇ, ਹੁਣ ਨਹੀਂ ਇਹ ਟੇਕਣਗੇ ਤੁਰਕ ਸਾਡੇ ਸਾਹਮਣੇ, ਹੁਣ ਇਹਨਾਂ ਨੂੰ ਭੱਜ ਕੇ ਦੌੜਨਾ ਪਵੇਗਾ ਕਿ ਲੱਗ ਕੇ ਨੱਠਣਾ ਪਵੇਗਾ। ਐਸੀ ਕਰੋ ਮਲੇਛਨ ਮਾਰ, ਇਹੋ ਜੀ ਮਲੇਛਾਂ ਤੇ ਮਾਰ ਕਰੋ, ਇਹਨਾਂ ਤੁਰਕਾਂ ਤੇ ਇਹੋ ਜਿਹਾ ਹਮਲਾ ਕਰੋ ਕਿ ਤੁਹਾਡੇ ਸਾਹਮਣੇ ਟੇਕ ਨਾ ਸਕਣ, ਤੁਹਾਡੇ ਸਾਹਮਣੇ ਪੈਰ ਨਾ ਅੜਾ ਸਕਣ, ਅੱਗੇ ਲੱਗ ਕੇ ਭੱਜ ਪੈਣ ਭਗੈਲ ਹੋ ਕੇ। ਇੱਕ ਭਾਜਨ ਕੀ ਰਹੇ ਸੰਭਾਲ, ਇਹਨਾਂ ਨੂੰ ਕੇਵਲ ਇੱਕ ਭੱਜਣ ਦੀ ਸੰਭਾਲ ਰਹੇ, ਕੇਵਲ ਇੱਕ ਨੱਠਣ ਦੀ ਸੰਭਾਲ ਰਹੇ, ਹੋਰ ਕੁਝ ਨਾ ਸੁੱਜੇ ਇਹਨਾਂ ਨੂੰ। ਬਿਧੀ ਚੰਦ ਕਰ ਜੋਰ ਸੁਣਾਇਓ, ਭਾਈ ਬਿਧੀ ਚੰਦ ਜੀ ਨੇ ਹੱਥ ਜੋੜੇ ਛੇਵੇਂ ਪਾਤਸ਼ਾਹ ਨੂੰ ਬੇਨਤੀ ਕਰਦਿਆਂ ਬੋਲੇ, ਕਹਿਣ ਲੱਗੇ, ਇਮ ਹੀ ਹੋਏ ਜਿਮ ਆਪ ਅਲਾਇਓ, ਪਾਤਸ਼ਾਹ ਜਿਵੇਂ ਆਪ ਜੀ ਨੇ ਕਿਹਾ ਇਸੇ ਤਰ੍ਹਾਂ ਹੀ ਹੋਵੇਗਾ, ਇਸੇ ਤਰ੍ਹਾਂ ਹੀ ਰਣ ਭੂਮੀ ਵਿੱਚ ਹੋਵੇਗਾ ਜਿਵੇਂ ਆਪ ਜੀ ਨੇ ਫਰਮਾਇਆ ਹੈ। ਹੋਤੇ ਸ਼ਿਰੋਮਣ ਸੇ ਹੱਥ ਹੋਏ, ਜਿਹੜੇ ਵੱਡੇ ਵੱਡੇ ਜਰਨੈਲ ਸੀ ਮੁਗਲਾਂ ਦੇ, ਬਲੀ ਬੇਗ ਵਰਗੇ, ਮੁਹੰਮਦ ਖਾਂ ਵਰਗੇ, ਉਹ ਵੱਡੇ ਵੱਡੇ ਜਰਨੈਲ ਜੰਗ ਦੇ ਮੈਦਾਨ ਵਿੱਚ ਮਾਰੇ ਜਾ ਚੁੱਕੇ ਹਨ। ਉਚਕ ਪਗੈਲ ਆਨ ਫਿਰ ਢੋਏ, ਆ ਤਾਂ ਉਹ ਨੇ ਜਿਹੜੇ ਪਹਿਲਾਂ ਭੱਜ ਕੇ ਗਏ ਨੇ, ਜਿਹੜੇ ਆ ਹੁਣ ਦੁਬਾਰਾ ਲੜਨ ਆ ਰਹੇ ਨੇ, ਤਾਂ ਪਹਿਲਾਂ ਭਗੌੜੇ ਹੋ ਕੇ ਭੱਜੇ ਸੀ। ਇਹਨਾਂ ਭਗੌੜਿਆਂ ਨੇ ਹੁਣ ਸਾਡੇ ਨਾਲ ਕੀ ਲੜਨਾ ਭਲਾ ਮਹਾਰਾਜ, ਇਹ ਤਾਂ ਉਹੀ ਭਗੌੜਿਆਂ ਦੀ ਫੌਜ ਇਕੱਠੀ ਕਰਕੇ ਦੁਬਾਰਾ ਮੁਖਲਿਸ ਖਾਨ ਆ ਰਿਹਾ ਹੈ। ਪ੍ਰਤਾਪ ਆਪ ਕੋ ਭਾਰੇ, ਪਾਤਸ਼ਾਹ ਆਪ ਜੀ ਦਾ ਵੱਡਾ ਭਾਰੀ ਪ੍ਰਤਾਪ ਹੈ, ਇਹ ਕੋਈ ਸਾਡੀ ਜਿੱਤ ਨਹੀਂ, ਇਹ ਤੁਹਾਡਾ ਪ੍ਰਤਾਪ ਹੈ ਛੇਵੇਂ ਪਾਤਸ਼ਾਹ, ਇਹ ਤੁਹਾਡੀ ਜਾਹਰ ਕਲਾ ਇਸ ਜੰਗ ਦੇ ਮੈਦਾਨ ਚ ਵਰਤ ਰਹੀ ਹੈ। ਮਰੇ ਮਲੇਛ ਕਿਤਕ ਬਿਨ ਮਾਰੇ, ਮਹਾਰਾਜ ਆਪ ਜੀ ਦੇ ਪ੍ਰਤਾਪ ਨਾਲ ਅਨੇਕਾਂ ਮਲੇਛ ਬਿਨਾਂ ਮਾਰਿਆ ਹੀ ਮਾਰੇ ਗਏ, ਸਾਨੂੰ ਮਾਰਨਾ ਨਹੀਂ ਪਿਆ, ਬਿਨਾਂ ਮਾਰਿਆ ਰਣ ਭੂਮੀ ਦੇ ਵਿੱਚ ਅਨੇਕਾਂ ਮਲੇਛ ਜੰਗ ਦੇ ਮੈਦਾਨ ਵਿੱਚ ਮਾਰੇ ਗਏ ਹਨ। ਗਿਰੇ ਅਚਾਨਕ ਹਯਨ ਭਜਾਵਤ, ਪਤਾ ਨਹੀਂ ਉਹਨਾਂ ਮਲੇਛਾਂ ਨੂੰ ਕੀ ਹੋਇਆ, ਘੋੜੇ ਦੜਾਉਂਦੇ ਦੜਾਉਂਦੇ ਅਚਾਨਕ ਘੋੜਿਆਂ ਤੋਂ ਡਿੱਗ ਪੈਂਦੇ ਸਨ, ਤੇ ਡਿੱਗਦਿਆਂ ਸਾਰ ਉਹਨਾਂ ਦੇ ਪ੍ਰਾਣ ਨਿਕਲ ਜਾਂਦੇ ਸੀ। ਇਹੋ ਜਿਹਾ ਆਪ ਜੀ ਦਾ ਪ੍ਰਤਾਪ ਵਰਤਿਆ ਛੇਵੇਂ ਪਾਤਸ਼ਾਹ। ਦਰੇ ਗਏ ਸੈਨਾ ਕੇ ਤਾਵਤ, ਔਰ ਸੈਨਾ ਦੇ ਦੌੜਦਿਆਂ ਦੌੜਦਿਆਂ ਭੱਜਦਿਆਂ ਭੱਜਦਿਆਂ ਹੀ ਉਚਕ ਹਾਥਨ ਤੇ ਹਥਿਆਰ, ਅਚਾਨਕ ਉਹਨਾਂ ਦੇ ਹੱਥਾਂ ਵਿੱਚੋਂ ਹਥਿਆਰ ਡਿੱਗ ਪੈਂਦੇ ਸੀ, ਸ਼ਸਤਰ ਡਿੱਗ ਪੈਂਦੇ ਸਨ। ਗਿਰ ਤਰਨੀ ਪਰ ਨੈਣਾ ਸੰਭਾਰ, ਔਰ ਜਦੋਂ ਹਥਿਆਰ ਡਿੱਗ ਪੈਂਦੇ ਨਾਲ ਹੀ ਆਪ ਡਿੱਗ ਪੈਂਦੇ ਸੀ, ਉਹਨਾਂ ਕੋਲੋਂ ਮੁੜ ਕੇ ਆਪਣਾ ਆਪਾ ਨਹੀਂ ਸੀ ਸੰਭਾਲਿਆ ਜਾਂਦਾ,
ਮਹਾਰਾਜ ਇਹੋ ਜੀ ਹਾਲਤ ਉਹਨਾਂ ਤੁਰਕਾਂ ਦੀ ਜੰਗ ਦੇ ਮੈਦਾਨ ਵਿੱਚ ਅਸੀਂ ਵੇਖੀ ਹੈ ਜਦੋਂ ਭੱਜੇ ਹਨ। ਪੈਂਦੇ ਖਾਂ ਪਰੇ ਹੋ ਜਬ ਫੇਰ ਮਹਾਰਾਜ ਤੁਹਾਡਾ ਇਹ ਪਾਲਿਆ ਹੋਇਆ ਸੂਰਮਾ ਪੈਂਦੇ ਖਾਂ ਜਦੋਂ ਦੁਸ਼ਮਣ ਦੇ ਦਲ ਤੇ ਟੁੱਟ ਕੇ ਪਿਆ, ਜਦੋਂ ਪੈਂਦੇ ਖਾਂ ਨੇ ਹਮਲਾ ਕੀਤਾ ਦੁਸ਼ਮਣ ਦੀ ਫੌਜ ਉੱਤੇ, ਅਣਗਣ ਪਟਨ ਲਥੇਰ ਪਥੇਰ ਇਹਨੇ ਅਣਗਿਣਤ ਸੂਰਮੇ ਤੁਰਕਾਂ ਦੇ ਮਾਰ ਕੇ ਲਥੇਰ ਪਥੇਰ ਕਰ ਦਿੱਤੇ, ਉਹਨਾਂ ਦੀਆਂ ਲਾਸ਼ਾਂ ਦੇ ਢੇਰਾਂ ਦੇ ਢੇਰ ਖਲਾਰ ਕੇ ਰੱਖ ਦਿੱਤੇ। ਪੈਂਦੇ ਕਾਂ ਇਹੋ ਜਿਹਾ ਖੂਬ ਲੜਿਆ, ਕੇਤਕ ਸ਼ਸਤਰਨ ਸੋ ਛਿਤ ਮੇਲੇ ਕਈਆਂ ਨੂੰ ਇਹਨੇ ਆਪਣੇ ਸ਼ਸਤਰਾਂ ਨਾਲ ਮਾਰ ਕੇ ਜ਼ਮੀਨ ਦੇ ਵਿੱਚ ਗਰਕ ਕੀਤਾ ਪੈਂਦੇ ਖਾਂ ਨੇ। ਕੇਤਕ ਸੰਘਾਰੇ ਹੱਥ ਧਕੇਲੇ ਮਹਾਰਾਜ ਕਈਆਂ ਨੂੰ ਤਾਂ ਮੁੱਕਾ ਮਾਰ ਕੇ ਪੈਂਦੇ ਖਾਂ ਨੇ ਮਾਰ ਦਿੱਤਾ, ਇਹੋ ਜਿਹਾ ਪਹਿਲਵਾਨ ਹੈ। ਕਈਆਂ ਦੇ ਚਪੇੜਾਂ ਇਹੋ ਜਿਹੀਆਂ ਮਾਰੀਆਂ ਵੀ ਮੁੜ ਕੇ ਉਹਨਾਂ ਨੂੰ ਸੋਝ ਹੀ ਨਹੀਂ ਆਈ, ਮਿੱਟੀ ਚ ਗਰਕ ਕਰ ਦਿੱਤੇ। ਬਿਨਾਂ ਹਥਿਆਰਾਂ ਤੋਂ ਰਣ ਭੂਮੀ ਵਿੱਚ ਕਈ ਤੁਰਕੜੇ ਮਾਰ ਦਿੱਤੇ ਨੇ ਪੈਂਦੇ ਖਾਂ ਨੇ। ਪ੍ਰਥਮ ਤੁਪੰਗਨ ਚਲਬੋ ਕਰਿਓ ਪਹਿਲਾਂ ਬੰਦੂਕਾਂ ਦੀਆਂ ਗੋਲੀਆਂ ਚਲਾਈਆਂ ਦੁਸ਼ਮਣਾਂ ਨੇ, ਪਹਿਲਾਂ ਬਹੁਤ ਸਾਰੀਆਂ ਗੋਲੀਆਂ ਦੁਸ਼ਮਣਾਂ ਨੇ ਦਾਗੀਆਂ, ਕਾਫੀ ਦੇਰ ਤੱਕ ਲੜਦੇ ਰਹੇ ਬੰਦੂਕਾਂ ਦੀਆਂ ਗੋਲੀਆਂ ਮਾਰ ਕੇ। ਹੜਗ ਜੰਗ ਮੈਂ ਕਛੂ ਨਸਰਿਓ ਬੰਦੂਕਾਂ ਨਾਲ ਤਾਂ ਲੜਦੇ ਰਹੇ, ਪਰ ਜਦੋਂ ਸਾਡੇ ਨਾਲ ਤਲਵਾਰਾਂ ਦੀ ਜੰਗ ਲੜਨ ਲੱਗੇ, ਤਲਵਾਰਾਂ ਦੀ ਜੰਗ ਦੇ ਵਿੱਚ ਉਹਨਾਂ ਕੋਲ ਕੁਝ ਸਾਰ ਹੀ ਨਹੀਂ ਸਕਿਆ, ਤਲਵਾਰਾਂ ਉਹਨਾਂ ਕੋਲੋਂ ਚੱਲ ਹੀ ਨਹੀਂ ਸਕੀਆਂ। ਮਹਾਰਾਜ ਏਦਾਂ ਜਾਪਦਾ ਸੀ ਮਾਨੋ ਜਿਵੇਂ ਉਹਨਾਂ ਦੀਆਂ ਤਲਵਾਰਾਂ ਨੂੰ ਜੰਗ ਲੱਗ ਗਿਆ ਹੋਵੇ ਜਾਂ ਉਹਨਾਂ ਦਾ ਲੋਹਾ ਹੀ ਬੰਨਿਆ ਗਿਆ ਹੋਵੇ, ਉਹਨਾਂ ਕੋਲ ਚੱਲਦੀਆਂ ਨਹੀਂ ਸਨ ਤਲਵਾਰਾਂ। ਮਹਾਰਾਜ ਇਹੋ ਜੀ ਕਲਾ ਆਪ ਜੀ ਦੀ ਵਰਤੀ ਹੈ। ਤਥਾ ਪਈ ਜੇ ਅਬ ਕੀ ਬਾਰੇ ਮਹਾਰਾਜ ਇਸੇ ਤਰ੍ਹਾਂ ਹੁਣ ਵੀ ਇਸੇ ਤਰ੍ਹਾਂ ਹੀ ਹੋਇਆ, ਕੁਛ ਮਰ ਹੈ ਕੁਛ ਭਾਜੇ ਹਾਰੇ ਕੁਝ ਮਾਰੇ ਜਾਣਗੇ ਤੁਰਕ ਤੇ ਜਿਹੜੇ ਕੁਝ ਬਚਣਗੇ ਅੱਗੇ ਲੱਗ ਕੇ ਨੱਠ ਕੇ ਸਿੱਧਾ ਲਾਹੌਰ ਜਾਣਗੇ ਮਹਾਰਾਜ, ਕਿਉਂਕਿ ਹੁਣੇ ਅਖੀਰ ਲਈ ਹੱਲਾ ਪ੍ਰਤੀਤ ਹੁੰਦਾ, ਇਸੇ ਹੱਲੇ ਨੇ ਫੈਸਲਾ ਕਰ ਦੇਣਾ ਜਿੱਤ ਤੇ ਹਾਰ ਦਾ। ਇਮ ਬੋਲਤ ਹੀ ਲਸ਼ਕਰ ਆਇਓ ਇਹ ਤਾਂ ਭਾਈ ਬਿਧੀ ਚੰਦ ਜੀ ਗੱਲਾਂ ਕਰ ਰਹੇ ਸਨ, ਮਹਾਰਾਜ ਜੀ ਨਾਲ ਬਚਨ ਕਰ ਰਹੇ ਸਨ। ਇੰਨੇ ਨੂੰ ਉਧਰ ਦੁਸ਼ਮਣ ਦਾ ਦਲ ਨੇੜੇ ਆ ਟੁੱਕਿਆ ਮੁਖਲਿਸ ਖਾਨ ਦੀ ਅਗਵਾਈ ਵਿੱਚ। ਮਾਰ ਤੁਪਕ ਜੇਤਕ ਨਿਆਰਾਇਓ ਜਿੰਨੇ ਨੇੜੇ ਆਏ ਬੰਦੂਕਾਂ ਦੀਆਂ ਗੋਲੀਆਂ ਨਾਲ ਮਾਰ ਕੇ ਉਹ ਥੱਲ ਕੇ ਜ਼ਮੀਨ ਤੇ ਸੁੱਟ ਦਿੱਤੇ ਸਤਿਗੁਰਾਂ ਦੇ ਸੂਰਮਿਆਂ ਨੇ। ਜਵਾਲਾ ਬੰਮਣੀ ਸਭ ਮਿਲ ਛੋਰੀ ਜਵਾਲਾ ਬੰਮਣੀਆਂ ਬੰਦੂਕਾਂ ਸਾਰਿਆਂ ਨੇ ਮਿਲ ਕੇ ਕਤਰ ਕਰਕੇ ਛੱਡ ਦਿੱਤੀਆਂ, ਚਲਾ ਦਿੱਤੀਆਂ ਬੰਦੂਕਾਂ ਦੀ ਕੜਾ ਕੜੀ ਹੋਈ। ਪਹੁੰਚ ਦੂਰ ਲੋ ਲਾਗਤ ਗੋਰੀ ਔਰ ਮਹਾਰਾਜ ਜੀ ਦੇ ਸੂਰਮਿਆਂ ਦੀ ਗੋਲੀ ਦੂਰ ਤੱਕ ਮਾਰ ਕਰਦੀ ਹੈ, ਕੋਈ ਗੋਲੀ ਖਾਲੀ ਨਹੀਂ ਜਾਂਦੀ। ਜਿੰਨੀਆਂ ਗੋਲੀਆਂ ਚੱਲਦੀਆਂ ਨੇ ਦੁਸ਼ਮਣਾਂ ਦੀਆਂ ਛਾਤੀਆਂ ਨੂੰ ਤੋੜ ਕੇ ਪਾਰ ਨਿਕਲਦੀਆਂ ਨੇ, ਉਹਨਾਂ ਨੂੰ ਮਾਰ ਕੇ ਠੰਡੀਆਂ ਹੁੰਦੀਆਂ ਨੇ। ਉਚੰਗ ਪ੍ਰਿਆਦ ਚੰਦ ਪਿਖੇ ਆਪ ਮੈਂ ਫੇਰ ਬਾਜੇ ਨਗਾਰੇ ਇਸ ਪ੍ਰਕਾਰ ਨਾਲ ਨਗਾਰੇ ਵੱਜੇ ਨੇ, ਨਗਾਰਿਆਂ ਤੇ ਚੋਭਾਂ ਵੱਜੀਆਂ ਨੇ, ਸੂਰਮੇ ਇੱਕ ਦੂਜੇ ਦੇ ਜੋ ਵੱਲ ਤੱਕਦੇ ਹਨ। ਦੋਹੂੰ ਔਰ ਤੇ ਵੀਰ ਬੰਕੇ ਕਰਾਰੇ ਦੋਹਾਂ ਪਾਸਿਆਂ ਦੇ ਵੀਰ ਬੜੇ ਬੰਕੇ ਉੱਚੇ ਲੰਮੇ ਛੈਲ ਛਬੀਲੇ ਲੜਨ ਵਾਲੇ ਹਨ। ਪਲੀਤੇ ਧੋਖੇ ਜਵਾਲ ਮਾਲਾ ਜਗਾਈ ਬੰਦੂਕਾਂ ਦੇ ਪਲੀਤੇ ਧੋਖੇ ਨੇ, ਏਦਾਂ ਲੱਗਦਾ ਜਿਵੇਂ ਜਵਾਲਾ ਦੀਆਂ ਮਾਲਾਵਾਂ ਪਰੋ ਕੇ ਰੱਖੀਆਂ ਹੋਣ। ਉਠਿਓ ਨਾਦ ਊਚੰ ਨਭੰ ਧੂਮ ਚਾਈ ਬੜਾ ਉੱਚਾ ਆਵਾਜ਼ ਉੱਠਿਆ, ਉੱਠੀ ਨਾਦ ਉੱਠੀ ਹੈ,
ਆਕਾਸ਼ ਦੇ ਵਿੱਚ ਬੰਦੂਕਾਂ ਦੇ ਚੱਲਣ ਦੇ ਨਾਲ ਧੂੰਆਂ ਛਾ ਗਿਆ ਹੈ। ਕਰੇ ਧੁੰਦ ਤਾਜੀ ਪਏ ਸ਼ਤਰੂ ਸੋ ਹੈ, ਘੋੜਿਆਂ ਨੂੰ ਤੇਜ ਕਰਕੇ ਅੱਗੇ ਵਧਦੇ ਨੇ ਦੁਸ਼ਮਣ ਦਲ ਦੇ ਉੱਤੇ ਪੈਂਦੇ ਨੇ ਸਤਿਗੁਰਾਂ ਦੇ ਬਹਾਦਰ ਯੋਧੇ। ਰਿਸੇ ਸੂਰ ਸਾਰੇ ਕਰੀ ਬੰਕ ਭੋ ਹੈ, ਸਾਰੇ ਸੂਰਮੇ ਬੜੇ ਰੋਸ ਵਿੱਚ ਵੀਰ ਰਸ ਵਿੱਚ ਭਰੇ ਹੋਏ ਨੇ, ਮੁਛਹਿਰੇ ਚੜੇ ਹੋਏ ਨੇ, ਭੌਹਾਂ ਚੜੀਆਂ ਹੋਈਆਂ ਸੂਰਮਿਆਂ ਯੋਧਿਆਂ ਦੀਆਂ, ਨੇਤਰ ਲਾਲ ਸੁਰਖ ਨੇ, ਇੰਨੇ ਵੀਰ ਰਸ ਦੇ ਰੰਗ ਵਿੱਚ ਭਰੇ ਹੋਏ ਨੇ। ਤਵਾਈ ਤੋ ਰੰਗੰ ਤੋ ਫੰਗੰ ਚਲਾ, ਦੰਦਾਂ ਨਾਲ ਕਚੀਚੀਆਂ ਵੱਟਦੇ ਨੇ, ਘੋੜਿਆਂ ਨੂੰ ਤੋੜਦੇ ਨੇ, ਬੜੇ ਰੋਹ ਵਿੱਚ ਆ ਕੇ ਬੰਦੂਕ ਦੀਆਂ ਗੋਲੀਆਂ ਤਾਣ ਕੇ ਚਲਾਉਂਦੇ ਨੇ। ਵਧੇ ਜੋਨ ਆਗੇ ਤਿਸੇ ਤਾਕ ਕਾਵੇ, ਜਿਹੜਾ ਵੀ ਅੱਗੇ ਵੱਧ ਕੇ ਆਉਂਦਾ ਉਹਨੂੰ ਗੋਲੀ ਤੱਕ ਕੇ ਮਾਰਦੇ ਨੇ, ਮਾਰਦਿਆਂ ਜ਼ਮੀਨ ਤੇ ਸੁੱਟ ਕੇ ਗਰਕ ਕਰਕੇ ਰੱਖ ਦਿੰਦੇ ਨੇ। ਕਿਰੇ ਲਾਗ ਗੋਰੀ ਸੰਭਾਰੇ ਨਾ ਫੇਰੇ, ਜਿਹਨੂੰ ਇੱਕ ਵਾਰੀ ਸਤਿਗੁਰਾਂ ਦੇ ਸੂਰਮਿਆਂ ਦੀ ਗੋਲੀ ਲੱਗਦੀ ਹੈ, ਉਹਦੇ ਕੋਲੋਂ ਮੁੜ ਕੇ ਆਪਣਾ ਆਪਾ ਨਹੀਂ ਸੰਭਾਲ ਹੁੰਦਾ, ਉਹ ਜ਼ਮੀਨ ਤੇ ਡਿੱਗ ਜਾਂਦਾ ਹੈ। ਚਲੇ ਆਏ ਨੇਰੇ ਮਹਾਕਾਲ ਪ੍ਰੇਰੇ, ਮੋਖਰਸ ਖਾਨ ਦੀ ਫੌਜ ਪ੍ਰੇਰੀ ਹੋਈ ਕਾਲ ਦੀ, ਮੌਤ ਦੀ ਪ੍ਰੇਰੀ ਹੋਈ ਸਤਿਗੁਰਾਂ ਦੇ ਬਹਾਦਰ ਯੋਧਿਆਂ ਦੇ ਨੇੜੇ ਢੁੱਕ ਰਹੀ ਹੈ। ਨਚੀ ਜੋਗਣੀ ਹੱਥ ਤਾਰੇ ਕਪਾਲਾ, 64 ਜੋਗਣੀਆਂ ਨੱਚ ਰਹੀਆਂ ਨੇ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਵੱਡੇ ਵੱਡੇ ਖੱਪਰ ਫੜੇ ਹੋਏ, ਖੂਨ ਦੇ ਨਾਲ ਭਰ ਭਰ ਕੇ ਪੀ ਰਹੀਆਂ ਨੇ। ਪਰੇ ਸ਼੍ਰੋਣ ਸੋ ਫੇਰ ਪੀਵੇਂ ਕਰਾਲਾ, ਖੂਨ ਦੇ ਨਾਲ ਉਹਨਾਂ ਖੱਪਰਾਂ ਨੂੰ ਭਰ ਕੇ ਪੀਂਦੀਆਂ, ਡਕਾਰ ਮਾਰਦੀਆਂ ਨੇ, ਭਰ ਕੇ ਪੀ ਕੇ ਫਿਰ ਹੋਰ ਭਰ ਕੇ ਪੀਂਦੀਆਂ ਨੇ ਖਾਲੀ ਕਰਨ ਤੋਂ ਬਾਅਦ। ਤਬੇ ਭੀਮ ਪੈਰੋ ਫਿਰਿਓ ਮੋਦ ਪਾਏ, ਬੜਾ ਭਿਆਨਕ ਰੂਪ ਧਾਰਨ ਕਰਕੇ ਪੈਰੋ ਰਣ ਭੂਮੀ ਦੇ ਵਿੱਚ ਤੁਰਿਆ ਫਿਰਦਾ, ਬੜੀ ਖੁਸ਼ੀ ਨਾਲ ਨੱਚਦਾ, ਬਿਕਰਾਲ ਤਾੜੀਆਂ ਮਾਰਦਾ। ਪਖੇ ਮਾਸ ਗੋ ਮਾਏ ਕੰਕੈ ਆਧਾਏ, ਸੂਰਮਿਆਂ ਦਾ ਮਾਸ ਭਖਣ ਵਾਸਤੇ ਗਿੱਦੜ ਰਣ ਭੂਮੀ ਦੇ ਵਿੱਚ ਤੁਰੇ ਫਿਰਦੇ ਨੇ, ਬਹੁਤ ਸਾਰੇ ਪੰਛੀ ਰਣ ਭੂਮੀ ਦੇ ਵਿੱਚ ਤੁਰੇ ਫਿਰਦੇ ਹਨ। ਮਹਾਕਾਕ ਬੋਲੇ ਉਡੰਤੇ ਪਰਮਾਏ, ਵੱਡੇ ਵੱਡੇ ਕਾਂ ਚੀਲਾਂ ਗਿੱਧਾਂ ਉੱਡਦੀਆਂ ਫਿਰਦੀਆਂ ਨੇ ਰਣ ਭੂਮੀ ਵਿੱਚ ਮਾਸ ਖਾਣ ਵਾਸਤੇ। ਜਿਤੇ ਮਾਸ ਹਾਰੀ ਮਿਲੇ ਬ੍ਰਿੰਦ ਆਏ, ਜਿੰਨੇ ਵੀ ਮਾਸਾਹਾਰੀ ਜਾਨਵਰ ਨੇ, ਪਸ਼ੂ ਨੇ, ਪੰਛੀ ਨੇ, ਸਾਰੇ ਰਣ ਭੂਮੀ ਦੇ ਵਿੱਚ ਆ ਪਹੁੰਚੇ ਮਾਸ ਖਾਣ ਲਈ। ਪਾਦੜੀ ਚੰਦ ਦਲ ਟੁਕੇ ਦੋਏ ਕਰ ਮਾਰ ਮਾਰ, ਮਾਰੋ ਮਾਰ ਕਰਦਿਆਂ ਹੋਇਆਂ ਦਲ ਦੋਵੇਂ ਇੱਕ ਦੂਜੇ ਦੇ ਸਾਹਮਣੇ ਟੁੱਕ ਗਏ ਨੇ। ਬਹੁ ਛੁੱਟੀ ਤੁਪਕ ਗੋਰੀ ਪ੍ਰਹਾਰ, ਬਹੁਤ ਸਾਰੀਆਂ ਗੋਲੀਆਂ ਚੱਲੀਆਂ, ਬੰਦੂਕਾਂ ਦੀ ਕੜਾ ਕੜੀ ਹੋਈ, ਗੋਲੀਆਂ ਦੇ ਪ੍ਰਹਾਰ ਥੱਲੇ ਸੂਰਮੇ ਆਉਣ ਲੱਗੇ। ਗਿਰ ਪਰੇ ਸੂਰ ਪੂਟੇ ਸਰੀਰ, ਅਨੇਕਾਂ ਦੇ ਸਰੀਰ ਫੁੱਟ ਗਏ ਨੇ, ਗੋਲੀਆਂ ਵੱਜਣ ਨਾਲ ਜ਼ਮੀਨ ਤੇ ਡਿੱਗ ਰਹੇ ਨੇ। ਯਾ ਫਿਰੇ ਛੂਚ ਜਬ ਮਰਤ ਵੀਰ, ਜਦੋਂ ਵੀਰ ਯੋਧੇ ਮਾਰੇ ਜਾਂਦੇ ਨੇ ਉਹਨਾਂ ਦੇ ਘੋੜੇ ਲਾਵੇਂ ਖਾਲੀ ਜੰਗ ਦੇ ਮੈਦਾਨ ਚ ਤੁਰੇ ਫਿਰਦੇ ਹਨ। ਤੋਂ ਦਿਸ਼ਨ ਬ੍ਰਿੰਦ ਗੁਲ ਕਾਂ ਚਲੰਤ, ਪਾਸਿਓਂ ਬੇਅੰਤ ਗੋਲੀਆਂ ਚੱਲਦੀਆਂ ਨੇ, ਦਗਾ ਦਗ ਕਰਕੇ ਗੋਲੀਆਂ ਦਗਦੀਆਂ ਹਨ। ਜਨ ਚੇਤ ਮਾਸ ਓਰੇ ਪਰੰਤ, ਇਦਾਂ ਗੋਲੀਆਂ ਵਰਦੀਆਂ ਨੇ ਜਿਵੇਂ ਚੇਤਰ ਦੇ ਮਹੀਨੇ ਚ ਗੜੇ ਪੈਂਦੇ ਨੇ ਨਾ ਮੀਂਹ ਦੇ, ਜਿਵੇਂ ਗੜੇ ਵਰਦੇ ਨੇ ਏਦਾਂ ਗੋਲੀਆਂ ਵਰਦੀਆਂ ਹਨ। ਇਤ ਉਤ ਪਰਮਾਏ ਕੋਰੇ ਤਵਾਏ, ਇਧਰ ਉਧਰ ਘੋੜਿਆਂ ਨੂੰ ਦੌੜਾ ਕੇ ਫਿਰਦੇ ਨੇ,
ਔਰ ਤੱਕ ਤੱਕ ਕੇ ਗੋਲੀਆਂ ਦੇ ਦਾ ਪੇਚ ਵੇਖ ਵੇਖ ਕੇ ਗੋਲੀਆਂ ਚਲਾਉਂਦੇ ਨੇ। ਰਿਪਹਾਨੇ ਤਾਕ ਤੋਂ ਪਤਨ ਚਲਾਏ, ਔਰ ਵੈਰੀ ਦਾ ਨਿਸ਼ਾਨਾ ਸੇਧ ਕੇ ਗੋਲੀ ਚਲਾਉਂਦੇ, ਏਦਾਂ ਨੀ ਹਵਾ ਵਿੱਚ ਹੀ ਛੱਡੀ ਜਾਂਦੇ, ਸਾਹਮਣੇ ਵੇਖ ਕੇ ਫਿਰ ਗੋਲੀ ਦਾਗਦੇ ਨੇ, ਨਿਸ਼ਾਨੇ ਨੂੰ ਗੋਲੀ ਬਿੰਨਦੀ ਹੈ। ਗੁਰ ਹਰਗੋਬਿੰਦ ਗਮਨੇ ਆਧਾਰੇ, ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਆਪਣਾ ਜਾਨ ਭਾਈ ਪ੍ਰੇਰਿਆ, ਘੋੜੇ ਨੂੰ ਪ੍ਰੇਰਿਆ, ਮਾਰ ਕੇ ਅੱਡੀ ਘੋੜੇ ਨੂੰ ਅੱਗੇ ਲੈ ਕੇ ਆਏ। ਤਿੜ ਚਾਂਪ ਆਪ ਕਰ ਲੀਨ ਤਾਰ, ਪਾਤਸ਼ਾਹ ਨੇ ਘੋੜਾ ਅੱਗੇ ਕੀਤਾ, ਲੱਖੇ ਨਗਾਰਚੀ ਨੇ ਦੋਹਰੀਆਂ ਚੋਭਾਂ ਲਾਈਆਂ ਨਾਲ ਉਤਸ਼ਾਹ ਪੈਦਾ ਕਰਨ ਵਾਸਤੇ। ਗੁਰਦੇਵ ਨੇ ਆਪਣੇ ਮੋਢੇ ਤੋਂ ਆਪਣਾ ਗੰਡੀਵ ਤਨਖ, ਨੌ ਟੰਕਾ ਤਨਖ ਉਤਾਰਿਆ ਤੇ ਉਹਦੀ ਤੰਦੀ ਫੜੀ ਹੈ। ਦਸ ਤਰਕਸ਼ ਸਰ ਆਗੇ ਚਲਾਏ, ਅੱਗੇ 10 ਪੱਥੇ ਤੀਰਾਂ ਦੇ ਪਹਿਲਾਂ ਮਹਾਰਾਜ ਜੀ ਖਾਲੀ ਕਰ ਚੁੱਕੇ ਨੇ ਵੈਰੀਆਂ ਨੂੰ ਮਾਰਨ ਵਾਸਤੇ। 10 ਪੱਥੇ ਪੂਰੇ, ਯਾਨੀ ਕਿ ਸੈਂਕੜੇ ਤੀਰ ਪਹਿਲਾਂ ਮਹਾਰਾਜ ਜੀ ਚਲਾ ਚੁੱਕੇ ਸਨ, ਹੁਣ ਹੋਰ ਪੱਥੇ ਮਹਾਰਾਜ ਜੀ ਨੇ ਭਰਵਾ ਕੇ ਮੰਗਵਾ ਲਏ। ਹੁਣ ਭਰੇ ਫੇਰ ਨੀ ਕੇ ਮੰਗਾਏ, 10 ਪੱਥੇ ਹੋਰ ਤੀਰਾਂ ਦੇ ਭਰੇ ਹੋਏ ਮਹਾਰਾਜ ਜੀ ਦੇ ਕੋਲ ਲਿਆ ਕੇ ਰੱਖ ਦਿੱਤੇ, ਸੂਰਮੇ ਲੈ ਕੇ ਪਹੁੰਚ ਗਏ। ਹਰ ਖਪਰੇ ਅੰਚੁਲ ਕੇ ਸਮਾਨ, ਆ ਬੁੱਕ ਬੁੱਕ ਚੌੜੇ ਖਪਰੇ ਤੀਰ ਮਹਾਰਾਜ ਸੱਚੀ ਪਾਤਸ਼ਾਹ ਜੀ ਦੇ ਹਨ। ਸਮ ਸੇਲ ਕਿਤਕ ਤੁੱਕੇ ਮਹਾਨ, ਤੀਰਾਂ ਦੀਆਂ ਕਈ ਕਿਸਮਾਂ ਹੁੰਦੀਆਂ ਨੇ, ਇੱਕ ਤੁੱਕੇ ਤੀਰ ਹੁੰਦੇ ਨੇ ਜਿਨ੍ਹਾਂ ਦੀ ਅੱਗੇ ਬਰਛੀ ਵਾਂਗੂ ਸੇਧ ਬਣੀ ਹੁੰਦੀ, ਖਪਰੇ ਤੀਰ ਵੱਖਰੇ ਨੇ, ਫਿਰ ਤੁੱਕੇ ਤੀਰ ਜਿਹੜੇ ਕਹਾਉਂਦੇ ਨੇ ਉਹ ਚੱਲਦੇ ਨੇ। ਅਧ ਚੰਦਰ ਜਥਾ ਤਿਸ ਕੇ ਆਕਾਰ, ਅਰਧ ਚੰਦਰੇ ਤੀਰ, ਜਿਵੇਂ ਚੰਨ ਜਿਹਾ ਬਣਿਆ ਹੁੰਦਾ ਨਾ ਅਰਧ ਚੰਦਰਾ ਤੀਰ, ਇਹ ਅਰਧ ਚੰਦਰਾ ਤੀਰ ਵੈਰੀ ਦੀ ਕਮਾਨ ਦੀ ਤੰਦੀ ਤੋੜਨ ਦੇ ਕੰਮ ਆਉਂਦਾ ਹੈ, ਜਾਂ ਫਿਰ ਵੈਰੀ ਦਲ ਦੀ ਜਿਹੜੀ ਸਾਹ ਰਗ ਹੁੰਦੀ ਆ ਉਹਨੂੰ ਕੱਟਣ ਦੇ ਕੰਮ ਆਉਂਦਾ ਹੈ, ਉਹ ਅਰਧ ਚੰਦਰੇ ਤੀਰ ਵੀ ਮਹਾਰਾਜ ਜੀ ਦੇ ਪੱਥਿਆਂ ਦੇ ਵਿੱਚ ਹਨ। ਸਰ ਮੀਨ ਮੁਖੇ ਜਿਨ ਅਧਿਕ ਮਾਰੇ, ਮੀਨ ਮੁਖੇ ਜਿਵੇਂ ਮੱਛੀ ਦਾ ਮੂੰਹ ਹੁੰਦਾ ਉਦਾਂ ਦੇ ਮੂੰਹ ਵਾਲੇ ਜਿਹੜੇ ਤੀਰ ਨੇ ਉਹ ਵੀ ਮਹਾਰਾਜ ਜੀ ਦੇ ਪੱਥਿਆਂ ਦੇ ਵਿੱਚ ਹਨ। ਹਰ ਕੰਟਕ ਸੇ ਕੇ ਤਕ ਕਰਾਏ, ਬੜੇ ਤਿੱਖੇ ਤਿੱਖੇ ਤੀਰ ਨੇ, ਕਹਿੰਦੇ ਇੰਨੇ ਤਿੱਖੇ ਕਿ ਮਾੜੀ ਜੀ ਉੱਤੇ ਉਂਗਲ ਫੇਰੀਏ ਤੇ ਉਂਗਲ ਦੇ ਵਿੱਚੋਂ ਦੀ ਖੁੱਭ ਜਾਣ, ਇੰਨੇ ਤਿੱਖੇ ਤੀਰ ਮਹਾਰਾਜ ਜੀ ਨੇ ਕਢਾ ਕੇ ਰੱਖੇ ਹੋਏ ਨੇ। ਤਬ ਚਲੇ ਸ਼ੂਕ ਜਨ ਨਾਗ ਜਾਏ, ਮਹਾਰਾਜ ਜੀ ਨੇ ਤੰਦੀ ਤੇ ਚਾੜ ਚਾੜ ਤੀਰ ਚਲਾਏ ਨੇ, ਸ਼ੂਕਦੇ ਹੋਏ ਜਾਂਦੇ ਨੇ ਜਿਵੇਂ ਉੱਡਣੇ ਨਾਗ ਉੱਡਣੇ ਸੱਪ ਜਾ ਰਹੇ ਹੋਣ। ਜਬ ਪਰੇ ਸੈਨ ਤੁਰ ਕਾਨ ਮਾਹੇ, ਮਹਾਰਾਜ ਜੀ ਦੇ ਤੀਰ ਜਦੋਂ ਤੁਰਕਾਂ ਦੀ ਸੈਨਾ ਵਿੱਚ ਜਾ ਕੇ ਵੱਜਦੇ ਨੇ, ਤੁਰਕਾਂ ਦੀ ਫੌਜ ਵਿੱਚ ਜਾ ਕੇ ਸਤਿਗੁਰਾਂ ਦੇ ਤੀਰ ਮਾਰ ਕਰਦੇ ਨੇ। ਜਲ ਸਾਫ ਸ਼ਿਗਰ ਸੋ ਪਟਨ ਲਗਾਏ, ਜਿਹਨੂੰ ਵੀ ਵੱਜਦਾ ਤੀਰ ਸਾਫ ਹੀ ਪਾਰ ਨਿਕਲ ਜਾਂਦਾ ਹੈ, ਉਹਨੂੰ ਖੂਨ ਤੱਕ ਨਹੀਂ ਲੱਗਦਾ ਸੂਰਮੇ ਦੇ ਸਰੀਰ ਦਾ, ਛਾਤੀ ਚ ਖੁੱਭ ਕੇ ਜਾਂਦਾ ਹੈ ਪਾਰ ਨਿਕਲ ਜਾਂਦਾ ਹੈ। ਇੱਕ ਬੇਦ ਦੁਤੀਏ ਕੈ ਲਗਤ ਜਾਏ, ਅੱਗੇ ਦੂਸਰਾ ਸੂਰਮਾ ਖੜਾ ਹੁੰਦਾ ਉਹਦੀ ਛਾਤੀ ਚ ਵੀ ਵੱਜਦਾ ਤੀਰ ਪਾਰ ਨਿਕਲਦਾ ਹੈ, ਤੀਜਾ ਖੜਿਆ ਹੁੰਦਾ ਉਹਦੀ ਸਾਹ ਰਗ ਦੀ ਗਰਦਨ ਦੇ ਵਿੱਚੋਂ ਦੀ ਨਿਕਲਦਾ ਪਾਰ ਚਲਿਆ ਜਾਂਦਾ ਹੈ। ਇੱਦਾਂ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਮੁਗਲਾਂ ਦੇ ਸਰੀਰਾਂ ਨੂੰ ਮਹਾਰਾਜ ਜੀ ਦਾ ਤੀਰ ਭੇਦ ਕੇ ਵਿੰਨ ਕੇ ਫਿਰ ਸ਼ਾਂਤ ਹੁੰਦਾ, ਫਿਰ ਵੀ ਅੱਗੇ ਜਦੋਂ ਕੋਈ ਨਾ ਹੋਵੇ ਉਹ ਥੱਲੇ ਡਿੱਗ ਕੇ ਸ਼ਾਂਤ ਹੁੰਦਾ ਹੈ। ਇਸ ਪ੍ਰਕਾਰ ਨਾਲ ਤੀਰ ਪਾਰ ਨਿਕਲਦੇ ਮਹਾਰਾਜ ਜੀ ਦੇ। ਵਿਆਹ ਹੋਏ ਕੇ ਪਟ ਜਿਸ ਕੇ ਲਗੰਤ, ਭਾਵੇਂ ਸਾਹਮਣੇ ਕੋਈ ਘੋੜਾ ਆ ਜਾਏ ਤੇ ਭਾਵੇਂ ਕੋਈ ਸਾਹਮਣੇ ਸੂਰਮਾ ਆ ਜਾਏ, ਜਿਹਨੂੰ ਵੀ ਮਹਾਰਾਜ ਜੀ ਦਾ ਤੀਰ ਵੱਜਦਾ ਇੱਕ ਵਾਰੀ ਵੱਜ ਕੇ ਪਾਰ ਨਿਕਲਦਾ। ਨੈ ਬਚੇ ਫੇਰ ਤੂੰ
ਭੁੱਗੇ ਰੰਤ, ਨਾ ਉਹ ਘੋੜਾ ਬਚਦਾ ਤੇ ਨਾ ਉਹ ਸੂਰਮਾ ਬਚਦਾ ਜਿਹਨੂੰ ਮਹਾਰਾਜ ਜੀ ਦਾ ਤੀਰ ਵੱਜਦਾ। ਤਬ ਲੱਗੇ ਗਿਰਨ ਜੋਧਾ ਵਿਸਾਲ, ਔਰ ਬੜੇ ਬੜੇ ਵੱਡੇ ਯੋਧੇ ਮੁਖਲਸ ਖਾਨ ਦੇ ਰਣ ਭੂਮੀ ਵਿੱਚ ਧੜ ਧੜ ਕਰਕੇ ਡਿੱਗਣ ਲੱਗੇ ਹਨ। ਪਰ ਖੰਤ ਬਾਨ ਝੂਟੇ ਕਰਾਲ, ਬੜੇ ਭਿਆਨਕ ਤੀਰ ਮਹਾਰਾਜ ਛੇਵੇਂ ਪਾਤਸ਼ਾਹ ਦੇ ਰਣ ਭੂਮੀ ਵਿੱਚ ਛੁੱਟਦੇ ਹਨ। ਇਹ ਗੁਰੂ ਹੱਥ ਕੇ ਲਗਤੇ ਆਏ, ਔਰ ਸਾਰੇ ਤੁਰਕਾਂ ਨੂੰ ਪਤਾ ਜਿਹੜੇ ਪਹਿਲਾਂ ਵੇਖ ਕੇ ਗਏ ਸੀ ਉਹ ਤੀਰ ਚੁੱਕ ਚੁੱਕ ਕੇ ਵੇਖਦੇ ਆ, ਕਹਿੰਦੇ ਆ ਤੀਰ ਗੁਰੂ ਹਰਗੋਬਿੰਦ ਸਾਹਿਬ ਦੇ ਹੱਥਾਂ ਚੋਂ ਚੱਲ ਕੇ ਆਇਆ। ਉਹ ਤੀਰ ਚੁੱਕ ਚੁੱਕ ਕੇ ਵੇਖਦੇ ਨੇ, ਆਹ ਤੀਰ ਛੇਵੇਂ ਪਾਤਸ਼ਾਹ ਦੇ ਹੱਥਾਂ ਚੋਂ ਚੱਲ ਕੇ ਆਏ ਨੇ। ਆ ਪਟਨ ਅਨੇਕਨ ਵਿਦਤ ਜਾਏ, ਆਹ ਤੀਰ ਨੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਚਲਾਉਂਦੇ ਨੇ, ਜਿਹੜੇ ਘੋੜਿਆਂ ਨੂੰ ਸੂਰਮਿਆਂ ਨੂੰ ਵਿੰਨ ਕੇ ਮਾਰ ਕੇ ਪਾਰ ਨਿਕਲ ਜਾਂਦੇ ਹਨ। ਬਹੁ ਬੜੇ ਅਰ ਮੋਟੇ ਦੇਖ ਦੇ, ਇਹ ਤੀਰ ਬੜੇ ਮੋਟੇ ਨੇ, ਵੱਡੇ ਆਕਾਰ ਦੇ ਨੇ, ਇਹਨਾਂ ਦੀਆਂ ਕਾਨੀਆਂ ਵੀ ਮੋਟੀਆਂ ਨੇ, ਮੋਟੀਆਂ ਗੰਢਾਂ ਵਾਲੇ ਬੁੱਕ ਬੁੱਕ ਚੌੜੇ ਖੱਪਰੇ ਤੀਰ ਹਨ। ਜੇ ਜੀਅਤ ਤਰਾਸ ਤਰ ਤੇ ਵਿਸ਼ੇਖ, ਜਿਹੜੇ ਜਿਉਂਦੇ ਬਚ ਜਾਂਦੇ ਨੇ ਉਹ ਤੀਰਾਂ ਨੂੰ ਵੇਖ ਵੇਖ ਕੇ ਡਰੀ ਜਾਂਦੇ, ਕਿਤੇ ਸਾਨੂੰ ਨਾ ਆ ਵੱਜੇ, ਕਿਤੇ ਮੈਨੂੰ ਨਾ ਆ ਵੱਜੇ, ਏਦਾਂ ਡਰ ਡਰ ਕੇ ਸਹਿਮ ਰਹੇ ਨੇ ਬਚੇ ਹੋਏ ਉਹ ਤੁਰਕ ਜਿਹੜੇ ਤੀਰ ਮਹਾਰਾਜ ਜੀ ਦੇ ਵੇਖਦੇ ਨੇ। ਇਸ ਸਮੇਂ ਕੌਣ ਸਾ ਕਹਿ ਚਲਾਏ, ਗੱਲਾਂ ਕਰਦੇ ਨੇ ਉਹ ਤੁਰਕ ਮਲੇਛ ਆਪਸ, ਕਹਿੰਦੇ ਇਹੋ ਜਿਹੇ ਸਮੇਂ ਚ ਏਦਾਂ ਦੇ ਤੀਰ ਕੌਣ ਚਲਾ ਸਕਦਾ। ਇਹ ਤਾਂ ਤੀਰ ਆਮ ਕਰਕੇ ਪ੍ਰਦਰਸ਼ਨ ਵਾਸਤੇ ਰੱਖੇ ਜਾਂਦੇ ਨੇ ਲੋਕਾਂ ਨੂੰ ਵਿਖਾਉਣ ਲਈ, ਪਰ ਰਣ ਭੂਮੀ 'ਚ ਇਹੋ ਜਿਹੇ ਤੀਰ ਕੋਈ ਚਲਾਉਂਦਾ ਵੀ ਹੋਵੇਗਾ ਇਹ ਤਾਂ ਅੱਜ ਅਸੀਂ ਪਹਿਲੀ ਵਾਰ ਵੇਖ ਰਹੇ ਹਾਂ। ਬੜ ਇਨੋ ਉਚਿਤ ਤਨ ਜੋ ਕਰਾਏ, ਇਹਨਾਂ ਦੇ ਤੀਰ ਚਲਾਉਣ ਵਾਸਤੇ ਜਿਹੜੀ ਕਮਾਨ ਚਾਹੀਦੀ ਆ ਉਹ ਬੜੀ ਮਜ਼ਬੂਤ ਚਾਹੀਦੀ ਹੈ, ਬੜੀ ਬਲਵਾਨ ਕਮਾਨ ਹੋਵੇ ਤਾਂ ਉਹਦੇ ਵਿੱਚ ਇਹੋ ਜਿਹਾ ਤੀਰ ਛੱਡ ਕੇ ਚਲਾਇਆ ਜਾ ਸਕਦਾ, ਪਰ ਬਾਹਾਂ ਵਿੱਚ ਪੂਰਾ ਬਲ ਚਾਹੀਦਾ, ਏਦਾਂ ਨਹੀਂ ਇਹੋ ਜਿਹੇ ਤੀਰ ਚੱਲਦੇ। ਕੋ ਸਕੇ ਐਂਚ ਪੜ ਹੋਏ ਕਠੋਰ, ਜਿਹੜੀ ਕਮਾਨ 'ਚ ਇਹੋ ਜਿਹਾ ਤੀਰ ਚਲਾਇਆ ਜਾਂਦਾ ਉਸ ਕਮਾਨ ਦੇ ਖਿੱਚਣ ਵਾਸਤੇ ਕਿਹਦੀਆਂ ਬਾਹਾਂ 'ਚ ਇੰਨਾ ਜ਼ੋਰ ਹੋਣਾ ਹੈ, ਉਹਦੀ ਤੰਦੀ ਨੂੰ ਖਿੱਚ ਕੇ ਚਲਾਉਣ ਵਿੱਚ ਕਿਹਦੀਆਂ ਬਾਹਾਂ ਵਿੱਚ ਭੁਜ ਡੰਡਿਆਂ ਵਿੱਚ ਇੰਨਾ ਬਲ ਹੋਵੇਗਾ। ਜਿਸ ਤਰੇ ਜ਼ੋਰ ਪੋ ਪਟਨ ਫੋਰ, ਇਹਦੀਆਂ ਬਾਹਾਂ ਵਿੱਚ ਵੱਡਾ ਭਾਰੀ ਜ਼ੋਰ ਹੋਵੇਗਾ, ਬਲ ਹੋਵੇਗਾ, ਉਹੀ ਇਹ ਤੀਰ ਚਲਾ ਸਕਦਾ ਹੈ। ਕਹਿੰਦੇ ਅੱਜ ਦੇ ਸਮੇਂ ਵਿੱਚ ਸਾਡੇ ਖਿਆਲ ਨਾਲ ਗੁਰੂ ਹਰਗੋਬਿੰਦ ਸਾਹਿਬ ਤੋਂ ਇਲਾਵਾ ਏਦਾਂ ਦੇ ਤੀਰ ਕੋਈ ਦੂਜਾ ਸੂਰਮਾ ਨਹੀਂ ਚਲਾ ਸਕਦਾ। ਨੈ ਬਚੇ ਗਜਿੰਦ ਜੇ ਲਗਤ ਜਾਏ, ਇਹ ਤਾਂ ਇਹੋ ਜਿਹੇ ਤੀਰ ਨੇ ਕਿ ਜੇ ਹਾਥੀ ਨੂੰ ਵੱਜਣ ਤੇ ਹਾਥੀ ਨੂੰ ਵੀ ਚੀਰ ਕੇ ਪਾਰ ਨਿਕਲ ਜਾਣ ਤੇ ਹਾਥੀ ਵੀ ਧੜੰਮ ਦੇ ਕੇ ਜ਼ਮੀਨ ਤੇ ਡਿੱਗ ਪਵੇ, ਇਹੋ ਜਿਹੇ ਤੀਰ ਨੇ ਚੱਲਣ ਵਾਲੇ। ਹਿਆ ਨਰਨ ਕੌਣ ਗਿਣਤੀ ਕਰਾਏ, ਜਿਹੜੇ ਤੀਰ ਵੱਡੇ ਵੱਡੇ ਹਾਥੀਆਂ ਨੂੰ ਮਾਰ ਕੇ ਸੁੱਟ ਦੇਣ, ਉਹਨਾਂ ਤੀਰਾਂ ਦੇ ਸਾਹਮਣੇ ਘੋੜੇ ਤੇ ਬੰਦੇ ਕੀ ਮਾਇਨਾ ਰੱਖਦੇ ਨੇ। ਬੰਦਿਆਂ ਨੂੰ ਮਾਰਨਾ ਉਹਨਾਂ ਤੀਰਾਂ ਨਾਲ ਜਾਂ ਘੋੜਿਆਂ ਨੂੰ ਮਾਰਨਾ ਤਾਂ ਕੋਈ ਔਖੀ ਗੱਲ ਨਹੀਂ। ਤਬ ਮੁਗਲ ਸਖਾਂ ਕੋ ਕੈਤ ਜਾਏ, ਤੀਰ ਇਕੱਠੇ ਕਰਕੇ ਨਾ ਜੰਗ ਦੇ ਮੈਦਾਨ 'ਚ ਜਿਹੜੇ ਗੁਰੂ ਸਾਹਿਬ ਦੇ ਤੀਰ ਸੀ, ਬੁੱਕ ਬੁੱਕ ਚੌੜੇ ਖੱਪਰੇ ਤੀਰ, ਮੋਟੀਆਂ ਕਾਨੀਆਂ ਵਾਲੇ, ਜਿਹਨਾਂ ਨੂੰ ਖੂਨ ਤੱਕ ਨਹੀਂ ਸੀ ਲੱਗਾ ਤੇ ਵੈਰੀਆਂ ਦੇ ਸੀਨਿਆਂ ਨੂੰ ਵਿੰਨ ਕੇ ਪਾਰ ਨਿਕਲ ਕੇ ਠੰਡੇ ਹੋਏ ਸੀ, ਉਹ ਤੀਰ ਇਹਨਾਂ ਨੇ ਚੁੱਕੇ ਤੇ ਚੁੱਕ ਕੇ ਮੁਖਲਸ ਖਾਨ ਕੋਲ ਲੈ ਕੇ ਗਏ। ਇਹ ਦੇਖੋ ਤੀਰ ਗੁਰ ਗਨ ਚਲਾਏ, ਜਾ ਕੇ ਮੁਖਲਸ ਖਾਨ ਨੂੰ ਵਿਖਾਉਂਦੇ, ਕਹਿੰਦੇ ਜਰਨੈਲ ਆਹ ਤੀਰ ਨੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਚਲਾਉਂਦੇ ਨੇ। ਜੇ ਰਹੋ ਥਿਰੇ ਰਣ ਕਰਤ ਆਪ, ਆਹ ਤੀਰ ਨੇ ਜਿਹੜੇ ਗੁਰੂ ਜੀ ਚਲਾ ਰਹੇ ਨੇ, ਸਾਨੂੰ ਤਾਂ ਚੁੱਕਣੇ ਔਖੇ ਨੇ, ਉਹ ਤਾਂ ਚਲਾਉਂਦੇ ਨੇ ਤੀਰ।
ਇਦਾਂ ਦੇ ਤੀਰ ਚਲਾਉਂਦੇ ਨੇ ਉਹ। ਮੁਖਲਸ ਖਾਨ, ਜੇ ਤੂੰ ਰਣ ਦੇ ਮੈਦਾਨ ਦੇ ਵਿੱਚ ਇਸੇ ਤਰ੍ਹਾਂ ਟਿਕ ਕੇ ਜੰਗ ਕਰਨਾ ਤੋ ਕਿਤਕ ਕਾਲ ਪਟ ਦੇ ਖਾਪ। ਬਸ ਵੇਖਦਿਆਂ ਵੇਖਦਿਆਂ ਆ ਘੜੀ ਦੋ ਘੜੀ ਦਾ ਮੇਲਾ ਹੈ, ਹੁਣ ਤੈਨੂੰ ਦੱਸਣ ਆਇਆ ਖਬਰੇ ਮੁੜ ਕੇ ਤੇਰੇ ਨਾਲ ਮੇਲ ਹੋਵੇ ਵੀ ਕਿ ਨਾ ਹੋਵੇ, ਕਿਉਂਕਿ ਜਿਸ ਹਿਸਾਬ ਨਾਲ ਇਹ ਤੀਰ ਚੱਲ ਰਹੇ ਨੇ ਬਸ ਘੜੀ ਕੁ ਵਿੱਚ ਤੇਰੀ ਦਿਸਦੀ ਹੋਈ ਸਾਰੀ ਫੌਜ ਗੁਰੂ ਜੀ ਨੇ ਮਿਟਾ ਕੇ ਮਿੱਟੀ ਚ ਗਰਕ ਕਰ ਦੇਣੀ ਆਪਣੇ ਨਾਲ ਤੀਰਾਂ ਨਾਲ। ਇੱਕ ਤੀਰ ਸੰਗ ਦੇ ਬਹੁਤ ਕਾਏ, ਨਾਲੇ ਉਹਨਾਂ ਦਾ ਤੀਰ ਇੱਕ ਬੰਦੇ ਨੂੰ ਨਹੀਂ ਮਾਰਦਾ, ਉਹਨਾਂ ਦਾ ਇੱਕ ਇੱਕ ਤੀਰ ਸਾਡੇ ਕਈ ਕਈ ਬੰਦਿਆਂ ਨੂੰ ਮਾਰ ਕੇ ਫਿਰ ਠੰਡਾ ਹੁੰਦਾ। ਨੈ ਸਮੂਹ ਹੋਤ ਪਟ ਤਰਾਸ ਪਾਏ, ਲੋਕ ਮੇਰੇ ਸੂਰਮੇ ਡਰ ਰਹੇ ਨੇ, ਭੈ ਭੀਤ ਹੋ ਰਹੇ ਨੇ, ਉਹਨਾਂ ਵਿੱਚ ਹੌਸਲਾ ਨਹੀਂ ਪੈਂਦਾ ਅੱਗੇ ਹੋਣ ਦਾ, ਉਹ ਕਿਵੇਂ ਅੱਗੇ ਜਾ ਕੇ ਲੜਨ। ਹੋਣੀ ਸੋ ਹੋਏ ਹੱਲਾ ਕਰੇ ਹੋ, ਪਰ ਹੋਣੀ ਜੋ ਹੋਣੀ ਹੈ ਉਹ ਤਾਂ ਹੋ ਕੇ ਵਰਤਣੀ ਹੈ ਮੁਖਲਸ ਖਾਨ, ਇਸ ਕਰਕੇ ਹੁਣ ਆਪ ਅੱਗੇ ਚੱਲ ਕੇ ਹੱਲਾ ਕਰ, ਇਹਨਾਂ ਤੀਰਾਂ ਬੰਦੂਕਾਂ ਨਾਲ ਆਪਾਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਣਾ। ਪਰ ਖੜਗ ਜੰਗ ਤੇ ਮਾਰ ਦਿਓ, ਹੁਣ ਤਲਵਾਰ ਦਾ ਜੰਗ ਕਰੀਏ, ਕਿਉਂਕਿ ਜੇ ਤੀਰਾਂ ਨਾਲ ਗੱਲ ਚੱਲਦੀ ਰਹੀ ਤੇ ਤੀਰਾਂ ਨਾਲ ਤਾਂ ਵੇਖਦਿਆਂ ਵੇਖਦਿਆਂ ਵਿਛ ਗਈ ਤੇਰੀ ਸਾਰੀ ਫੌਜ, ਫਿਰ ਨਹੀਂ ਲੜਨ ਜੋਗਾ ਕੋਈ ਬਚਣਾ, ਹੁਣ ਤਾਂ ਅੱਗੇ ਵੱਧ ਕੇ ਤਲਵਾਰ ਨਾਲ ਜੰਗ ਕਰ। ਪਕੜੇ ਹੋ ਨਾ ਜਾਏ ਗੁਰ ਬਲ ਵਿਸਾਲ, ਗੁਰੂ ਬੜਾ ਬਲੀ ਹੈ ਬੜਾ ਯੋਧਾ, ਏਦਾਂ ਨਹੀਂ ਫੜਿਆ ਜਾਣਾ। ਜਿਨ ਕਰੇ ਉਹ ਖੇਤ ਸੰਘਰ ਕਰਾਲ, ਜਿਸ ਨੇ ਬੜਾ ਭਿਆਨਕ ਸੰਘਰ ਰੰਗ ਜੰਗ ਦਾ ਮੈਦਾਨ ਦਾ ਇਹ ਰਚਿਆ ਹੈ। ਸੁਣ ਮੁਗਲ ਸਖਾਂ ਔਰ ਤਰਾਸ ਤਾਰ, ਮੁਗਲ ਸਖਾਨ ਨੇ ਸੁਣਿਆ ਹਿਰਦੇ ਚ ਡਰਿਆ, ਉਹ ਤੀਰ ਵੇਖ ਕੇ ਸਹਿਮ ਗਿਆ, ਏਦਾਂ ਦੇ ਤੀਰ ਚਲਾਉਂਦਾ ਹੈ ਗੁਰੂ, ਇਕਦਮ ਸਹਿਮਿਆ ਡਰਿਆ ਵੇਖ ਕੇ। ਗੁਰ ਤੇ ਨਾ ਹੋਏ ਪ੍ਰਾਨਨ ਉਧਾਰ, ਸਮਝ ਗਿਆ ਮੁਖਲਸ ਖਾਨ ਕਿ ਹੁਣ ਗੁਰੂ ਤੂੰ ਮੇਰੇ ਪ੍ਰਾਣ ਬਚ ਨਹੀਂ ਸਕਦੇ, ਮੇਰੀ ਜਿੰਦ ਹੁਣ ਗੁਰੂ ਤੋਂ ਬਚ ਨਹੀਂ ਸਕਦੀ। ਜਬ ਪਿਖੇ ਸਮੁਖ ਆਵੇ ਸੁਤਾਏ, ਪਰ ਆਪਣਾ ਡਰ ਇਹਨੇ ਪ੍ਰਗਟ ਨਹੀਂ ਕੀਤਾ, ਅੰਦਰੋਂ ਡਰ ਗਿਆ ਪਰ ਬਾਹਰੋਂ ਆਪਣੀ ਦਲੇਰੀ ਵਿਖਾਉਂਦਾ ਤੇ ਕਹਿੰਦਾ ਸੂਰਮਿਓ ਫਿਕਰ ਨਾ ਕਰੋ। ਮ੍ਰਿਤਯੂ ਹੇਤ ਕੀਨ ਉਹ ਚਕ ਖੁਦਾਏ, ਸੋਚਦਾ ਮੁਖਲਸ ਖਾਨ ਵੀ ਇਹ ਤਾਂ ਵਿਧਾਤੇ ਨੇ, ਖੁਦਾ ਨੇ ਸਾਡੀ ਮੌਤ ਦੀ ਵਿਉਂਤ ਬੰਦੀ ਰਚ ਦਿੱਤੀ ਹੈ, ਖਰੇ ਕਿਹੜੀ ਮਾੜੀ ਘੜੀ ਸੀ ਕਿ ਸ਼ਾਹਜਹਾਨ ਨੇ ਸਰੋਪਾ ਪਾ ਕੇ ਮੈਨੂੰ ਮਰਨ ਲਈ ਇੱਥੇ ਭੇਜ ਦਿੱਤਾ। ਅਬ ਬਨੇ ਨਾਏ ਹਟ ਬੋ ਪਿਛਾਰੇ, ਪਰ ਹੁਣ ਮੇਰਾ ਪਿੱਛੇ ਹਟਣਾ ਨਹੀਂ ਬਣਦਾ, ਹੁਣ ਤਾਂ ਅੱਗੇ ਹੋ ਕੇ ਮਰਨਾ ਹੀ ਬਣਦਾ। ਇਹ ਵੀ ਸੂਰਮਤਾਈ ਸੀ ਮੁਖਲਸ ਖਾਨ ਦੀ ਕਿ ਦਿਸ ਵੀ ਰਿਹਾ ਸੀ ਅੱਗੇ ਮੌਤ ਹੈ, ਫਿਰ ਵੀ ਅੱਗੇ ਵੱਧ ਕੇ ਲੜਨਾ ਚਾਹੁੰਦਾ, ਕਹਿੰਦਾ ਹੁਣ ਅੱਗੇ ਵੱਧ ਕੇ ਮਰਨਾ ਹੀ ਮੇਰੇ ਲਈ ਯੋਗ ਹੈ। ਮਰ ਗਏ ਵੀਰ ਲੜ ਕੇ ਜੁਝਾਰ, ਮੇਰੇ ਵੱਡੇ ਵੱਡੇ ਯੋਧੇ ਜੁਝਾਰੂ ਸੂਰਮੇ ਜੰਗ ਦੇ ਮੈਦਾਨ ਚ ਲੜ ਕੇ ਮਰ ਚੁੱਕੇ ਨੇ। ਜਿਨ ਕੋ ਭਰੋਸ ਤੋ ਯੁੱਧ ਮਾਏ, ਜਿਨ੍ਹਾਂ ਦਾ ਮੈਨੂੰ ਬੜਾ ਭਰੋਸਾ ਸੀ, ਬਲੀ ਬੇਗ ਵਰਗੇ, ਮੁਹੰਮਦ ਖਾਂ ਵਰਗੇ, ਉਹ ਵੱਡੇ ਵੱਡੇ ਜਰਨੈਲ ਮੇਰੇ ਜੰਗ ਦੇ ਮੈਦਾਨ ਚ ਮਾਰੇ ਜਾ ਚੁੱਕੇ ਨੇ। ਸੋ ਮਰੇ ਵੀਰ ਦਿਖ ਅੰਤ ਨਾਏ, ਉਹ ਵੀਰ ਯੋਧੇ ਜਿਨ੍ਹਾਂ ਤੇ ਮੈਨੂੰ ਬੜਾ ਗਰੂਰ ਸੀ, ਮਾਣ ਸੀ, ਉਹ ਮਰੇ ਪਏ ਨੇ ਜੰਗ ਦੇ ਮੈਦਾਨ ਚ ਨਜ਼ਰ ਨਹੀਂ ਆਉਂਦੇ। ਤੁਮ ਲਾਏ ਬਦਨ ਗੀ ਦੀ ਵਿਸਾਲ, ਹੁਣ ਕਹਿੰਦੇ ਇਹਦਾ ਚਿਹਰਾ ਕੁਮਲਾ ਗਿਆ, ਇਹਦੇ ਚਿੱਤ ਵਿੱਚ ਕਾਇਰਪੁਣਾ ਆ ਗਿਆ, ਮੁਖਲਸ ਖਾਨ ਡਰ ਰਿਹਾ, ਭੈ ਭੀਤ ਹੋ ਰਿਹਾ। ਗਨ ਸੁਪਟ ਹਕਾਰ ਲੀਨੇ ਸੁਨਾਲ, ਇਹਨੇ ਆਪਣੇ ਨਾਲ ਦੇ ਸਾਰੇ ਸੂਰਮਿਆਂ ਨੂੰ ਆਵਾਜ਼ ਮਾਰ ਕੇ ਆਪਣੇ ਕੋਲ ਬੁਲਾਇਆ। ਤਬ ਚੱਲਿਓ ਅਗਰ ਬਾਜੇ ਨਿਸ਼ਾਨ, ਮੁਖਲਸ ਖਾਨ ਅੱਗੇ ਚੱਲਿਆ, ਕਹਿੰਦਾ ਹੁਣ ਤਲਵਾਰ ਨਾਲ ਜੰਗ ਕਰਾਂਗੇ।
ਕਿਉਂਕਿ ਤੀਰਾਂ ਨਾਲ ਅਸੀਂ ਮੁਕਾਬਲਾ ਨਹੀਂ ਕਰ ਸਕੇ, ਬੰਦੂਕਾਂ ਨਾਲ ਅਸੀਂ ਮੁਕਾਬਲਾ ਨਹੀਂ ਕਰ ਸਕੇ, ਹੁਣ ਤਲਵਾਰਾਂ ਨਾਲ ਜਾ ਕੇ ਅੱਗੇ ਹੋ ਕੇ ਲੜਾਂਗੇ। ਸਭ ਦਏ ਛੋਰ ਫਰ ਰੇ ਨਿਸ਼ਾਨ, ਉਸੇ ਵੇਲੇ ਨਿਸ਼ਾਨਾਂ ਦੇ ਫਰਲੇ ਇਹਨਾਂ ਨੇ ਛੱਡ ਦਿੱਤੇ, ਅਗਾਂਹ ਨੂੰ ਵਧੇ ਨਗਾਰੇ ਵਜਾ ਕੇ। ਉਤਸ਼ਾਹ ਸਭਨ ਕੋ ਦੇ ਪੁਕਾਰ, ਮੋਹਿਤ ਖਾਨ ਆਪਣੇ ਨਾਲ ਦੇ ਸਾਰੇ ਸਾਥੀਆਂ ਨੂੰ ਉਤਸ਼ਾਹ ਦਿੰਦਾ, ਲੜਨ ਵਾਸਤੇ ਮੰਗਾਰਦਾ। ਹੱਥ ਲਿਓ ਵੀਰ ਨਿਜ ਕਾਰ ਸਾਰ, ਮਾਰ ਲਓ ਵੀਰੋ ਯੋਧਿਓ ਗੁਰੂ ਦੇ ਸਮੇਤ ਸਾਰਿਆਂ ਸਿੱਖਾਂ ਨੂੰ, ਇਹਨਾਂ ਨੂੰ ਮਾਰ ਕੇ ਤੁਹਾਡਾ ਬੜਾ ਸੁਜਸ ਹੋਵੇਗਾ। ਚਲ ਸ਼ਾਹ ਨਿਕਟ ਜਸ ਕਹਿ ਤੁਮਾਰ, ਬਾਦਸ਼ਾਹ ਸ਼ਾਹ ਜਹਾਨ ਕੋਲ ਚੱਲ ਕੇ ਮੈਂ ਤੁਹਾਡਾ ਸੁਜਸ ਕਰਾਂਗਾ, ਬਾਦਸ਼ਾਹ ਕੋਲੋਂ ਤੁਹਾਨੂੰ ਖਿਲਤਾਂ ਦਵਾਵਾਂਗਾ, ਇਨਾਮ ਦਵਾਵਾਂਗਾ, ਇੱਕ ਵਾਰੀ ਇਹੋ ਜਿਹਾ ਘਮਾਸਾਨ ਜੰਗ ਮਚਾਓ ਕਿ ਜਿੱਤ ਪ੍ਰਾਪਤ ਕਰ ਲਵੋ। ਬਖਸ਼ਿਸ਼ ਦਿਵਾਓ ਸਭ ਕੋ ਸੰਭਾਰ, ਬਾਦਸ਼ਾਹ ਕੋਲ ਜਾ ਕੇ ਤੁਹਾਨੂੰ ਬਖਸ਼ਿਸ਼ਾਂ ਦਵਾਵਾਂਗਾ, ਇਨਾਮ ਦਵਾਵਾਂਗਾ। ਸੈਯਦ ਦੀਦਾਰ ਅਲੀ ਕੀਨ ਬਾਮ, ਇਹਦਾ ਇੱਕ ਜਰਨੈਲ ਸੀ ਸੈਯਦ ਦੀਦਾਰ ਅਲੀ ਖਾਂ, ਉਹ ਕਿਤੇ ਬਚਿਆ ਖੁਚਿਆ ਅੱਗੇ ਆ ਗਿਆ, ਕਹਿੰਦਾ ਉਹ ਤੂੰ ਜਿਉਣਾ ਹੈ? ਕਹਿੰਦਾ ਹਾਂ ਜਿਉਣਾ। ਸੈਯਦ ਦੀਦਾਰ ਅਲੀ ਖਾਨ ਨੂੰ ਇਹਨੇ ਆਪਣੇ ਖੱਬੇ ਪਾਸੇ ਕੀਤਾ, ਕਹਿੰਦਾ ਆ ਜਾ ਅੱਗੇ ਹੋ ਕੇ ਲੜੀਏ, ਹੁਣ ਤਾਂ ਮੌਤ ਨੂੰ ਕਬੂਲ ਕਰਨਾ ਜਾਂ ਮਾਰਨਾ। ਸੁਲਤਾਨ ਬੇਗ ਇੱਕ ਮੁਗਲ ਨਾਮ, ਇਹਦਾ ਇੱਕ ਦੂਜਾ ਜਰਨੈਲ ਵੀ ਸੀ, ਉਹਦਾ ਨਾਂ ਸੀ ਸੁਲਤਾਨ ਬੇਗ। ਤੈ ਕਰਿਓ ਦਾਹਿਨੇ ਸੈਨ ਸੰਗ, ਉਹਨੂੰ ਆਪਣੀ ਸੈਨਾ ਦੇ ਸੱਜੇ ਪਾਸੇ ਕਰ ਲਿਆ, ਸੈਯਦ ਦੀਦਾਰ ਅਲੀ ਖਾਨ ਨੂੰ ਖੱਬੇ ਪਾਸੇ ਤੇ ਸੁਲਤਾਨ ਬੇਗ ਨੂੰ ਸੱਜੇ ਪਾਸੇ ਕਰ ਲਿਆ। ਇਹ ਬਚੇ ਵੀਰ ਦ੍ਵੈ ਕਰਤ ਜੰਗ, ਇਹ ਦੋ ਹੀ ਜਰਨੈਲ ਇਹਦੇ ਬਚੇ ਸੀ, ਬਾਕੀ ਦੇ ਸਾਰੇ ਜਰਨੈਲ ਤਕਰੀਬਨ ਕੁੱਲ ਮਿਲਾ ਕੇ ਮਾਰੇ ਜਾ ਚੁੱਕੇ ਨੇ। ਸਭ ਔਰ ਮਾਰ ਧੂਲੀ ਮਿਲਾਏ, ਬਾਕੀ ਦੇ ਇਹਦੇ ਜਿੰਨੇ ਵੱਡੇ ਵੱਡੇ ਜਰਨੈਲ ਸਨ ਮਾਰ ਕੇ ਮਿੱਟੀ ਚ ਮਿਲਾ ਕੇ ਰੱਖ ਦਿੱਤੇ ਗਏ ਨੇ। ਚੱਲ ਅਗਰ ਜਿਤੇ ਔਰ ਤ੍ਰਾਸ ਪਾਏ, ਬਾਕੀ ਦੇ ਜਿੰਨੀ ਇਹਦੀ ਦਲ ਦੀ ਫੌਜ ਨੇ ਉਹ ਸਾਰੇ ਡਰੇ ਹੋਏ ਸਹਿਮੇ ਹੋਏ ਨੇ, ਕੋਈ ਅੱਗੇ ਵੱਧ ਕੇ ਲੜਨ ਨੂੰ ਤਿਆਰ ਨਹੀਂ। ਹੱਲਾ ਤਿਆਰ ਕੀ ਨੋ ਨਿਹਾਰ, ਫਿਰ ਇਹਨੇ ਔਖੇ ਸੌਖੇ ਕਰਕੇ ਫੌਜ ਨੂੰ ਸਕੇਲ ਕੇ ਉਹਨਾਂ ਨੂੰ ਹੌਸਲਾ ਦੇ ਕੇ ਇਹਨੇ ਅੱਗੇ ਹੋ ਕੇ ਲੜਨ ਵਾਸਤੇ ਉਹਨਾਂ ਨੂੰ ਪ੍ਰੇਰਿਆ ਲਿਆਂਦਾ ਹੈ। ਇਤ ਗੁਰੂ ਆਪਨੇ ਲੇ ਜੁਝਾਰ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵੀ ਆਪਣੇ ਜੁਝਾਰੂ ਯੋਧੇ ਸੂਰਮਿਆਂ ਨੂੰ ਆਪਣੇ ਨਾਲ ਲਿਆ। ਪਟ ਪੈਂਦੇ ਖਾਨ ਨਿਜ ਬਾਮ ਕੀਨ, ਗੁਰਦੇਵ ਨੇ ਪੈਂਦੇ ਖਾਨ ਨੂੰ ਆਪਣੇ ਖੱਬੇ ਪਾਸੇ ਕੀਤਾ ਹੈ। ਪਟ ਬਿਧੀ ਚੰਦ ਦਾਏ ਸੋਲੀਨ, ਮਹਾਨ ਯੋਧੇ ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਭਾਈ ਸਾਹਿਬ ਭਾਈ ਬਿਧੀ ਚੰਦ ਸਾਹਿਬ ਜੀ ਨੂੰ ਸੱਜੇ ਪਾਸੇ ਕੀਤਾ ਹੈ। ਪਰ ਬਿਪਰ ਮਲਕ ਜਾਤੀ ਕਰਾਲ, ਬ੍ਰਾਹਮਣ ਜਾਤੀ ਦਾ ਜਾਤੀ ਮਲਕ ਜਿਹੜਾ ਗੁਰੂ ਕੁਲ ਦਾ ਪੁਰੋਹਿਤ ਸੀ ਸੋਢੀਆਂ ਦਾ, ਇਹ ਵੀ ਬੜਾ ਭਿਆਨਕ ਜੰਗ ਕਰਨ ਵਾਲਾ ਸੂਰਮਾ ਹੈ। ਸੋ ਪਰਿਓ ਤਾਏ ਪਟ ਲੀਨ ਨਾਲ, ਇਹਨੂੰ ਅੱਗੇ ਟੋਰਿਆ ਇਹਨੇ ਕੁਝ ਸੂਰਮੇ ਨਾਲ ਲਏ ਤੇ ਵੈਰੀ ਦਲ ਤੇ ਟੁੱਟ ਕੇ ਹਮਲਾ ਕਰਨ ਵਾਸਤੇ ਅੱਗੇ ਵਧਿਆ। ਦਲ ਮਿਲੇ ਦੋਏ ਕਰ ਮਾਰ ਮਾਰ, ਕਰ ਦਲ ਬਿਲਕੁਲ ਨੇੜੇ ਹੋ ਢੁਕੇ ਮਾਰੋ ਮਾਰ ਕਰਦਿਆਂ ਪਹਿਲਾ ਦਲਾ ਮਿਲਦਿਆਂ ਭੇੜ ਪਿਆ, ਨਿਹੰਗਾਂ ਵਾਲੀ ਗੱਲ ਵਰਤੀ, ਸੂਰਮੇ ਆਪਸ ਵਿੱਚ ਲੜੇ ਤੇ ਜੂਝੇ ਹਨ। ਕ੍ਰੋਧ ਧਾਰ ਚਾਲੇ ਪ੍ਰਹਾਰ, ਕ੍ਰੋਧ ਧਾਰਨ ਕਰਕੇ
ਕੇ ਵਾਰ ਕਰਦੇ ਤਲਵਾਰਾਂ ਦੇ ਨੇਜਿਆਂ ਦੇ ਬਰਛਿਆਂ ਦੇ ਵਾਰ ਚੱਲੇ ਨੇ। ਇਤ ਉਤ ਤਵਾਏ ਆਪਾ ਬਚਾਏ, ਇਧਰ ਉਧਰ ਘੋੜੇ ਦੜਾਉਂਦੇ ਨਾਲੇ ਮਾਰਦੇ ਨਾਲੇ ਆਪਣਾ ਆਪ ਬਚਾ ਕੇ ਫਿਰ ਮਾਰਦੇ ਨੇ। ਪਰ ਤਿਆਰ ਤੁਪਕ ਤਾਂ ਕਹਿ ਚਲਾਏ, ਕੋਈ ਬੰਦੂਕ ਤਿਆਰ ਕਰਕੇ ਤੱਕ ਕੇ ਗੋਲੀ ਤਾਕਦਾ ਚਲਾਉਂਦਾ। ਪਟ ਉਥਲ ਪਥਲ ਗਿਰ ਗਿਰ ਪਰੰਤ, ਥਲ ਥਲ ਕੇ ਪਲੱਥ ਪਲੱਥ ਕੇ ਸੂਰਮਿਆਂ ਨੂੰ ਇੱਕ ਦੂਜੇ ਨੂੰ ਜ਼ਮੀਨ ਤੇ ਸੁੱਟਣ ਲੱਗੇ ਨੇ। ਜਿਸ ਲਗੇ ਕਾਏ ਨੈ ਸੋ ਬਚੰਤ, ਜਿਹਨੂੰ ਇੱਕ ਵਾਰੀ ਘਾਵ ਲੱਗਦਾ ਮੁੜ ਕੇ ਬਚਦਾ ਨੀ, ਬਸ ਉਹਦੇ ਪ੍ਰਾਣ ਉੜਨ ਪਖੇਰੂ ਹੋ ਜਾਂਦੇ ਨੇ। ਤਬ ਪੈਂਦੇ ਖਾਂ ਕੁੱਪੀ ਉਹ ਬਿਲੰਦ, ਪੈਂਦੇ ਖਾਂ ਵੀ ਰੋਸ ਵਿੱਚ ਆਇਆ ਬੜੇ ਗੁੱਸੇ ਵਿੱਚ ਭਰਿਆ ਪੈਂਦੇ ਖਾਂ। ਗਨ ਹਤੇ ਬਾਨ ਸੂਰਾ ਨਿਕੰਦ, ਪੈਂਦੇ ਖਾਂ ਕਹਿੰਦਾ ਮੁੱਕਣ ਤੇ ਨੀ ਆਉਂਦੇ, ਹੁਣ ਮੁਕਾ ਕੇ ਦਮ ਲਵਾਂਗਾ। ਅੱਗੇ ਹੋ ਕੇ ਵਧਿਆ ਬੜੀ ਸੂਰਮਤਾਈ ਨਾਲ, ਉਹ ਗੁਰੂ ਤੀਰ ਰਣ ਖੇਤ ਮਾਏ, ਇਧਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਅਨੇਕਾਂ ਤੀਰ ਰਣ ਭੂਮੀ ਚ ਚਲਾਉਂਦੇ ਨੇ। ਪਰ ਖੰਤ ਅਧਿਕ ਦੇ ਟਿਕਣ ਨਾਏ, ਤੀਰ ਚਲਾਉਂਦੇ ਕਿ ਮਹਾਰਾਜ ਜੀ ਵੱਡੇ ਵੱਡੇ ਤੁਰਕਾਂ ਨੂੰ ਸਾਹਮਣੇ ਟਿਕਣ ਨੀ ਦਿੰਦੇ, ਖਲੋਣ ਨੀ ਦਿੰਦੇ। ਜਿਤ ਤੁਰਕ ਬ੍ਰਿੰਦ ਤਿਤ ਸ਼ੂਕ ਜਾਤ, ਜਿੱਧਰ ਬਹੁਤੇ ਤੁਰਕ ਇਕੱਠੇ ਹੋ ਕੇ ਖੜੇ ਹੁੰਦੇ ਨੇ ਉਧਰ ਮਹਾਰਾਜ ਜੀ ਤੀਰ ਚਲਾਉਂਦੇ, ਸ਼ੂਕਦੇ ਹੋਏ ਤੀਰ ਉਸੇ ਪਾਸੇ ਵੱਧਦੇ ਹਨ। ਵੱਡ ਕੰਕ ਪੰਖ ਜਿਨ ਕਰਤ ਘਾਤ, ਤੀਰਾਂ ਤੇ ਵੱਡੇ ਵੱਡੇ ਚੀਲਾਂ ਦੇ ਖੰਭ ਲੱਗੇ ਹੋਏ ਨੇ, ਚਿੱਟੀ ਚੀਲ ਦੇ ਉਹ ਖੰਭਾਂ ਵਾਲੇ ਤੀਰ ਮਹਾਰਾਜ ਜੀ ਦੇ ਉੱਡਦੇ ਜਾਂਦੇ ਨੇ। ਨੈ ਨਿਫਲ ਏਕ ਹੋਏ ਖਤੰਗ, ਮਹਾਰਾਜ ਜੀ ਦਾ ਚਲਾਇਆ ਕੋਈ ਵੀ ਤੀਰ ਨਿਸ਼ਫਲ ਨਹੀਂ ਜਾਂਦਾ, ਹਰ ਇੱਕ ਤੀਰ ਕਿਸੇ ਨਾ ਕਿਸੇ ਨੂੰ ਮਾਰ ਕੇ ਠੰਡਾ ਹੁੰਦਾ ਹੈ। ਹੱਥ ਸੁਪੱਟ ਅੰਗ ਕੈ ਲਗ ਤੁਰੰਗ, ਜਾਂ ਕਿਸੇ ਸੂਰਮੇ ਨੂੰ ਤੀਰ ਮਾਰਦੇ ਨੇ ਜਾਂ ਕੋਈ ਘੋੜਾ ਮਾਰਿਆ ਜਾਂਦਾ ਹੈ। ਗਿਰ ਪਰਤ ਤੁਰਤ ਨੈ ਲਗਤ ਬਾਰ, ਤੀਰ ਵੱਜਦਾ ਇੱਕਦਮ ਤੁਰਤ ਫੁਰਤ ਡਿੱਗ ਪੈਂਦਾ, ਦੇਰੀ ਨੀ ਲੱਗਦੀ। ਬਿਧੀ ਚੰਦ ਬੋ ਕਰਤ ਮਾਰ, ਭਾਈ ਬਿਧੀ ਚੰਦ ਜੀ ਵੀ ਬੜੀ ਭਿਆਨਕ ਮਾਰ ਮਾਰ ਰਹੇ ਨੇ। ਸੁਲਤਾਨ ਬੇਗ ਕੇ ਹੋਏ ਤੀਰ, ਭਾਈ ਸਾਹਿਬ ਭਾਈ ਬਿਧੀ ਚੰਦ, ਸੁਲਤਾਨ ਬੇਗ ਨਾਮ ਦਾ ਜਿਹੜਾ ਜਰਨੈਲ ਸੀ, ਜਿਹੜਾ ਮੁਹੰਮਦ ਮੁਖਲਸ ਖਾਨ ਦੇ ਸੱਜੇ ਪਾਸੇ ਟੁਰਿਆ ਆਉਂਦਾ ਸੀ, ਉਹਦੇ ਸਾਹਮਣੇ ਹੋਏ ਭਾਈ ਸਾਹਿਬ ਭਾਈ ਬਿਧੀ ਚੰਦ ਜੀ। ਕੰਨ ਐਂਚ ਕਾਨ ਲਗ ਹੱਥ ਤੀਰ, ਭਾਈ ਸਾਹਿਬ ਭਾਈ ਬਿਧੀ ਚੰਦ ਨੇ ਤੀਰ ਖਿੱਚਿਆ, ਤੀਰ ਕੰਨਾਂ ਤੱਕ ਖਿੱਚ ਕੇ ਚਲਾਇਆ। ਜਦੋਂ ਚਲਾਇਆ ਤੀਰ, ਜਿਸ ਕੇ ਸੰਯੋਏ ਸਿਰ ਟੋਪ ਲੋਹ, ਇਹ ਜਿਹੜਾ ਸੁਲਤਾਨ ਬੇਗ ਸੀ ਇਹਨੇ ਸਜੋ ਪਾਈ ਹੋਈ ਸੀ ਸਾਰੇ ਸਰੀਰ ਤੇ, ਸਿਰ ਤੇ ਲੋਹੇ ਦਾ ਟੋਪ ਸੀ, ਸਰੀਰ ਤੇ ਲੋਹੇ ਦਾ ਫੁਲਾਦ ਦਾ ਬਖਤਰ ਪਾਇਆ ਹੋਇਆ ਸੀ। ਬਚ ਗਇਓ ਤਾਹੇ ਤੇ ਕਰਸ ਕਰੋਹ, ਭਾਈ ਸਾਹਿਬ ਨੇ ਤੀਰ ਚਲਾਇਆ ਇਹਨੂੰ ਵੱਜਿਆ ਨਹੀਂ ਕਿਉਂਕਿ ਸੰਜੋ ਨੂੰ ਵਿੰਨ ਨਹੀਂ ਸਕਿਆ ਤੀਰ, ਇਹ ਬਚ ਗਿਆ। ਬਰਛਾ ਉਭਾਰ ਤਬ ਆਏ ਤਾਏ, ਬਰਛਾ ਉਭਾਰ ਕੇ ਭਾਈ ਬਿਧੀ ਚੰਦ ਜੀ ਵੱਲ ਆਇਆ। ਤਕ ਬਿਧੀ ਚੰਦ ਕਹਿ ਲਾਏ ਕਾਏ, ਸੁਲਤਾਨ ਬੇਗ ਨੇ ਭਾਈ ਬਿਧੀ ਚੰਦ ਵੱਲ ਬਰਛੇ ਦਾ ਵਾਰ ਕੀਤਾ, ਵਾਰ ਕਰਕੇ ਭਾਈ ਬਿਧੀ ਚੰਦ ਜੀ ਨੂੰ ਜ਼ਖਮੀ ਕਰ ਦਿੱਤਾ। ਪਰ ਚਪਲ ਤੁਰੰਗ ਆਗੇ ਚਲਾਏ, ਜਦੋਂ ਨੇ ਬਰਛਾ ਤਾਂ ਮਾਰ ਦੇਣ ਦੀ ਨੀਅਤ ਨਾਲ ਹੀ ਮਾਰਿਆ ਸੀ ਵੀ ਮਰ ਜਾਏਗਾ, ਪਰ ਭਾਈ ਸਾਹਿਬ ਨੇ ਘੋੜਾ ਥੋੜਾ ਜਿਹਾ ਅੱਗੇ ਨੂੰ ਠਿੱਲ ਲਿਆ, ਟੋਰ ਲਿਆ। ਲਗ ਪੂਜਾ ਬੀਚ ਪਾ ਤਨਕ ਕਾਏ, ਉਹ ਤੀਰ ਛਾਤੀ ਵਿੱਚ ਵੱਜਣ ਦੀ ਬਜਾਏ ਬਰਛਾ ਭਾਈ ਸਾਹਿਬ ਦੇ ਮੋਢੇ ਦੇ ਕੋਲ ਆ ਕੇ ਵੱਜਿਆ ਤੇ ਮੋਢੇ ਨੂੰ ਥੋੜਾ ਜਿਹਾ ਜ਼ਖਮ ਹੋਇਆ, ਥੋੜਾ ਜਿਹਾ ਮੋਢਾ ਜ਼ਖਮੀ ਹੋ ਗਿਆ ਭਾਈ ਬਿਧੀ ਚੰਦ ਦਾ। ਗੁਰ ਹੱਥ ਦੇ ਰੱਖਿਓ ਬਚਾਏ, ਗੁਰਦੇਵ ਨੇ ਹੱਥ ਦੇ ਕੇ ਭਾਈ ਬਿਧੀ ਚੰਦ ਜੀ ਨੂੰ ਰੱਖ ਲਿਆ, ਕਿਉਂਕਿ ਹਲੇ ਬੜੀਆਂ ਸੇਵਾਵਾਂ ਭਾਈ ਬਿਧੀ ਚੰਦ ਕੋਲੋਂ ਲੈਣੀਆਂ ਸਨ।
ਹੱਥ ਦੇ ਕੇ ਭਾਈ ਬਿਧੀ ਚੰਦ ਨੂੰ ਰੱਖ ਲਿਆ। ਜਬ ਚੱਲਿਓ ਮੁਗਲ ਹਟ ਪਾਛੇਤਾਏ। ਭਾਈ ਸਾਹਿਬ ਦਾ ਮੋਢਾ ਜ਼ਖਮੀ ਹੋ ਗਿਆ, ਹੁਣ ਸੂਰਮੇ ਨੂੰ ਜ਼ਖਮ ਲੱਗੇ, ਰੋਸ ਦੂਣਾ ਜਾਗ ਪੈਂਦਾ। ਕਲਗੀਧਰ ਲਿਖਦੇ ਨੇ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਬੀਰਸ ਜਾਗਿਆ ਤੇ ਮੁਗਲ ਪਿਛਾਂ ਨੂੰ ਮੁੜਿਆ, ਮਾਰ ਕੇ ਨਾ ਬਰਛਾ, ਪਿਛਾਂ ਨੂੰ ਮੁੜਨ ਲੱਗਾ ਤੇ ਭਾਈ ਬਿਧੀ ਚੰਦ ਨੇ ਵੇਖਿਆ। ਕਹਿ ਬਿਧੀ ਚੰਦ ਕਿਉਂ ਜਾਤ ਕੂਰ, ਆਵਾਜ਼ ਮਾਰ ਕੇ ਕਹਿੰਦੇ ਓ ਕਾਇਰਾ। ਵਰਛਾ ਵਾਰ ਕਰਕੇ ਤੇ ਹੁਣ ਵਾਪਸ ਮੁੜਨ ਲੱਗਾ, ਵਾਰ ਕਰਕੇ ਪਿੱਛੇ ਨੂੰ ਜਾਣ ਲੱਗਾ। ਕਿਮ ਜੰਗ ਰੀਤ ਨੈ ਕਰਤ ਸੂਰ, ਨਹੀਂ ਜੰਗ ਦੀ ਰੀਤ ਹੁੰਦੀ, ਇਹ ਸੂਰਮਿਆਂ ਵਾਲਾ ਕੰਮ ਨਹੀਂ ਵੀ ਆਪ ਵਾਰ ਕਰ ਲਿਆ ਤੇ ਜਿਹਨੇ ਕਰ ਆਪ ਮੁੜ ਚੱਲਿਆ ਵਾਰ ਕਰਕੇ ਤੇ ਮੇਰਾ ਵਾਰ ਕਿਹਨੇ ਦੇਣਾ, ਮੈਂ ਨੀ ਵਾਰ ਕਰਨਾ, ਹੁਣ ਮੇਰੀ ਵਾਰੀ ਵੀ ਹੈ। ਇਸ ਪ੍ਰਕਾਰ ਨਾਲ ਇਹ ਸੂਰਮਿਆਂ ਵਾਲਾ ਕੰਮ ਨੀ ਹੁੰਦਾ ਸੁਲਤਾਨ ਬੇਗ। ਲਲਕਾਰ ਖੜਗ ਐਂਚਿਓ ਚਲਾਏ, ਲਲਕਾਰ ਕੇ ਭਾਈ ਬਿਧੀ ਚੰਦ ਜੀ ਨੇ ਅੱਗੇ ਵੱਧ ਕੇ ਆਪਣੀ ਤੇਗ ਦਾ ਵਾਰ ਕੀਤਾ। ਤਬ ਮੁਗਲ ਢਾਲ ਆਡੀ ਅਗਾਏ, ਉਸ ਮੁਗਲ ਸੁਲਤਾਨ ਬੇਗ ਨੇ ਆਪਣੀ ਢਾਲ ਅੱਗੇ ਅੱਡ ਲਈ। ਨੈ ਲੱਗਿਓ ਕਾਏ ਪੱਡ ਜਾਨ ਦਾਏ, ਵੱਡਾ ਦਾ ਪੇਚ ਜਾਣਦਾ ਸੀ ਸੁਲਤਾਨ ਬੇਗ ਵੀ, ਉਹਨੂੰ ਜ਼ਖਮ ਨੀ ਲੱਗਾ, ਉਹਨੇ ਢਾਲ ਦੇ ਉੱਤੇ ਭਾਈ ਸਾਹਿਬ ਦੀ ਤਲਵਾਰ ਦਾ ਵਾਰ ਰੋਕ ਲਿਆ। ਤਬ ਬਿਧੀ ਚੰਦ ਬੋ ਕ੍ਰੋਧ ਪਾਏ, ਜਦੋਂ ਇੱਕ ਵਾਰ ਭਾਈ ਬਿਧੀ ਚੰਦ ਦਾ ਖਾਲੀ ਚੱਲ ਗਿਆ, ਅੱਗੇ ਨਾਲੋਂ ਦੂਸਰਾ ਰੋਸ ਦੁੱਗਣਾ ਰੋਸ ਭਾਈ ਬਿਧੀ ਚੰਦ ਜੀ ਦੇ ਹਿਰਦੇ ਚ ਜਾਗਿਆ। ਚੱਪ ਗਇਓ ਦੂਰ ਲੀਏ ਚਾਂਪ ਬਾਨ, ਤੇ ਦੂਰ ਹਟ ਗਏ, ਦੂਰ ਚਲੇ ਗਏ ਤੇ ਪਿੱਛੇ ਨੂੰ ਦੂਰ ਹਟ ਕੇ ਰੋਸ ਵਿੱਚ ਆ ਕੇ ਆਪਣੀ ਕਮਾਨ ਸੰਭਾਲੀ, ਪੱਥੇ ਵਿੱਚੋਂ ਚੋਣਵਾ ਜਿਹਾ ਤਿੱਖਾ ਤੀਰ ਕੱਢਿਆ। ਕਰ ਓਜ ਐਂਚ ਕਰ ਲਾਗ ਕਾਨ, ਔਰ ਕੰਨਾਂ ਤੱਕ ਜ਼ੋਰ ਨਾਲ ਤੰਦੀ ਖਿੱਚੀ ਤੇ ਜਿਹੜੀ ਧਨਖ ਦੀ ਕਮਾਨ ਦੀ ਛੜ ਸੀ ਉਹਦੇ ਵਿੱਚੋਂ ਵੀ ਚਿਰੜ ਚਿਰੜ ਦੀ ਆਵਾਜ਼ ਆਈ ਹੈ। ਬਿਨ ਕਵਚ ਖੋਦ ਤੇ ਗਰੀਬ ਹੇਰ, ਭਾਈ ਸਾਹਿਬ ਨੇ ਵੇਖਿਆ ਮਾਰਾਂਗੇ ਤੀਰ ਨਾਲ ਹੀ, ਹੁਣ ਤੀਰ ਮਾਰਨਾ ਹੈ, ਸਰੀਰ ਤੇ ਸੰਜੋਹ ਹੈ, ਸਿਰ ਤੇ ਟੋਪ ਹੈ, ਮਾਰੀਏ ਕਿੱਥੇ, ਤੀਰ ਵੱਜੇ ਕਿੱਥੇ, ਇਹਦੀ ਜਿਹੜੀ ਆਹ ਠੋਡੀ ਵਾਲੀ ਜਗ੍ਹਾ ਹੁੰਦੀ ਇੱਥੇ ਨੀ ਬਖਤਰ ਹੁੰਦਾ, ਇੱਥੇ ਥੋੜੀ ਜਿਹੀ ਜਗ੍ਹਾ ਖਾਲੀ ਹੁੰਦੀ ਹੈ, ਜਿਹੜੀ ਸਾਹ ਰਗ ਵਾਲੀ ਜਗ੍ਹਾ ਹੈ ਗਰਦਨ ਵਾਲੀ, ਉਹ ਭਾਈ ਸਾਹਿਬ ਨੇ ਵੇਖੀ ਵੀ ਓਨੀ ਕੁ ਜਗ੍ਹਾ ਖਾਲੀ ਹੈ, ਬਸ ਉੱਥੇ ਤੀਰ ਵੱਜ ਸਕਦਾ ਹੈ। ਤੈ ਤਾਕ ਤੀਰ ਹੋਏ ਕਹਿ ਦਲੇਰ, ਦਲੇਰ ਹੋ ਕੇ ਮਰਦਾਂ ਵਾਂਗੂ ਭਾਈ ਬਿਧੀ ਚੰਦ ਨੇ ਉਸ ਜਗ੍ਹਾ ਦਾ ਨਿਸ਼ਾਨਾ ਲਾਇਆ। ਛੁੱਟ ਚੱਲੇ ਉਹ ਤਨੁਖ ਤੇ ਮਨੋ ਨਾਗ, ਛੁੱਟ ਕੇ ਚੱਲਿਆ ਭਾਈ ਸਾਹਿਬ ਦੀ ਕਮਾਨ ਚੋਂ ਤੀਰ, ਜਿਵੇਂ ਕੋਈ ਉੱਡਣਾ ਨਾਗ ਉੱਡਦਾ ਜਾ ਰਿਹਾ ਹੋਵੇ। ਬੜ ਬੇਗ ਸੰਗ ਤੈ ਕੰਠ ਲਾਗ, ਔਰ ਬੜੇ ਵੇਗ ਦੇ ਨਾਲ ਜਿਹੜੀ ਉਹਦੀ ਗਰਦਨ ਸੀ ਨਾ, ਉਹ ਜਗ੍ਹਾ ਖਾਲੀ ਠੋਡੀ ਦੇ ਥੱਲੇ ਜਿਹੜੀ, ਉਸ ਜਗ੍ਹਾ ਦੇ ਵਿੱਚ ਜਾ ਕੇ ਤੀਰ ਵੱਜਾ ਤੇ ਪਾਰਲੇ ਪਾਸੇ ਜਾ ਨਿਕਲਿਆ। ਸੁਲਤਾਨ ਬੇਗ ਲਾਗੇ ਖਤੰਗ, ਸੁਲਤਾਨ ਬੇਗ ਦੇ ਜਦੋਂ ਗਰਦਨ ਦੇ ਵਿੱਚ ਆ ਕੇ ਤੀਰ ਕੜਕ ਦੇ ਕੇ ਖੁੱਭ ਗਿਆ। ਗਿਰ ਪਰੇ ਉਹ ਭੂਮ ਤਜ ਕਹਿ ਤੁਰੰਗ, ਇੱਕਦਮ ਘੋੜੇ ਤੋਂ ਉੱਛਲ ਕੇ ਸੁਲਤਾਨ ਬੇਗ ਜ਼ਮੀਨ ਤੇ ਡਿੱਗ ਪਿਆ ਔਰ ਸਦਾ ਦੀ ਨੀਂਦੇ ਸੌਂ ਗਿਆ। ਦੋਏ ਦਿਸ਼ਨ ਪਿਖਤ ਪਟ ਬ੍ਰਿੰਦ ਤਾਏ, ਦੋਹਾਂ ਪਾਸਿਆਂ ਦੇ ਸੂਰਮੇ ਇਹ ਜੰਗ ਵੇਖ ਰਹੇ ਸੀ। ਬੜੇ ਕਮਾਲ ਦਾ ਤੀਰ ਮਾਰਿਆ ਭਾਈ ਬਿਧੀ ਚੰਦ ਨੇ, ਸਭ ਦੰਗ ਸਨ, ਇਹ ਤੀਰ ਇਸ ਜਗ੍ਹਾ ਤੇ ਵੱਜ ਕਿਵੇਂ ਗਿਆ, ਸਾਰਾ ਸਰੀਰ ਲੋਹੇ ਨਾਲ ਮੜਿਆ ਹੋਇਆ ਸੀ। ਭਾਈ ਸਾਹਿਬ ਦੇ ਨਿਸ਼ਾਨੇ ਦੀ ਵੀ ਕਮਾਲ ਸੀ, ਸਭ ਨੇ ਸਵਾਸ਼ ਸਵਾਸ਼ ਕਹਿ ਕੇ, ਤੁਰਕਾਂ ਦੇ ਮੂੰਹ ਚੋਂ ਵੀ ਨਿਕਲਿਆ, ਬਲਿਆਰ ਉਹ ਸੂਰਮਿਆਂ ਤੇਰੇ ਤੀਰ ਤੋਂ ਬਲਿਆਰ ਜਾਈਏ, ਤੁਰਕ ਵੀ ਸੋਭਾ ਕਰਨ ਲੱਗੇ ਭਾਈ ਬਿਧੀ ਚੰਦ ਦੇ। ਅੱਜ ਪ੍ਰਾਨ ਗਏ ਅਬ
ਪਿਸਤ ਮਾਏ ਔਰ ਪੀਰ ਭਾਈ ਵਿਧੀ ਚੰਦ ਵਰਗੇ ਮਹਾਂਪੁਰਸ਼ਾਂ ਦੇ ਹੱਥੋਂ ਵੱਜਿਆ ਸੀ। ਇਸ ਕਰਕੇ ਕਹਿੰਦੇ ਸੁਲਤਾਨ ਬੇਗ ਵੀ ਬਹਿਸ਼ਤ ਨੂੰ ਗਿਆ, ਉਹ ਵੀ ਸਵਰਗ ਨੂੰ ਗਿਆ, ਇਹਨੂੰ ਵੀ ਮਾਨੋ ਮੁਕਤੀ ਦਾ ਦਾਨ ਪ੍ਰਾਪਤ ਹੋ ਗਿਆ। ਸਭ ਤੁਰਕ ਸ਼ੋਕ ਅਰ ਤ੍ਰਾਸ ਧਾਰ, ਜਿੰਨੇ ਤੁਰਕ ਸਨ ਸਾਰੇ ਸ਼ੋਕਾਤੁਰ ਹੋ ਗਏ। ਇਕਦਮ ਉਹਨਾਂ ਦੇ ਹਿਰਦੇ ਡਰ ਗਏ, ਸਹਿਮ ਗਏ, ਇਹਨਾਂ ਵਰਗਾ ਤੀਰ ਅੰਦਾਜ਼ ਕੋਈ ਨਹੀਂ। ਮੈਂ ਸੀ ਤਾਂ ਆਖਿਆ ਸੀ ਵੀ ਗੁਰੂ ਹੀ ਬੜੇ ਤੀਰ ਚਲਾਉਂਦਾ, ਉਹਨਾਂ ਦੇ ਤਾਂ ਸਿੱਖ ਵੀ ਬੜੀ ਬਹਾਦਰੀ ਨਾਲ ਤੀਰ ਚਲਾਉਂਦੇ ਨੇ, ਇਹੋ ਜੇ ਤੀਰ ਅੰਦਾਜ਼ ਹਨ। ਇਤ ਸਿੱਖ ਪ੍ਰਮੋਦਤ ਭੇ ਨਿਹਾਰ, ਇਧਰ ਗੁਰੂ ਪਾਤਸ਼ਾਹ ਦੇ ਸਿੱਖ ਯੋਧੇ ਬਹਾਦਰ ਖੁਸ਼ੀ ਵਿੱਚ ਆ ਕੇ ਖਿੜੇ ਹੋਏ, ਨਿਹਾਲ ਨਿਹਾਲ ਹੋ ਰਹੇ ਨੇ, ਨਾਲੇ ਵੇਖ ਰਹੇ ਨੇ। ਤਜ ਜੀਅਨ ਆਸ ਪੈ ਪੀਤ ਹੋਏ, ਤੁਰਕਾਂ ਨੇ ਆਪਣੇ ਜੀਵਨ ਦੀ ਆਸ ਛੱਡ ਦਿੱਤੀ। ਉਹਨਾਂ ਵੇਖਿਆ ਹੁਣ ਸਾਡਾ ਜੀਵਨ ਨਹੀਂ ਹੈ, ਹੁਣ ਤਾਂ ਮਰਨਾ ਹੀ ਸੁਨਿਸ਼ਚਿਤ ਹੈ, ਪਰ ਹਿਰਦੇ ਬੜੇ ਭੈ ਨਾਲ ਡਰੇ ਹੋਏ ਸਹਿਮੇ ਹੋਏ ਨੇ। ਇਮ ਜੁਟੀ ਸੈਨ ਕਰ ਬਹੁਤ ਢੋਏ, ਇਹ ਤਾਂ ਧੋ ਕਰਕੇ ਸੈਨਾ ਦੋਹਾਂ ਪਾਸਿਓਂ ਜੁਟੀ ਹੈ। ਦੋਹਰਾ ਮੱਚਿਓ ਜੰਗ ਦਾਰੁਨ ਮਹਾ, ਤਬ ਦੀਦਾਰ ਅਲੀ ਆਏ। ਜਦੋਂ ਬਹੁਤ ਜ਼ਿਆਦਾ ਘਮਾਸਾਨ ਜੰਗ ਮੱਚ ਗਿਆ, ਭਾਈ ਵਿਧੀ ਚੰਦ ਦੇ ਹੱਥੋਂ ਸੁਲਤਾਨ ਬੇਗ ਮਾਰਿਆ ਗਿਆ। ਪੈਂਦੇ ਖਾਨ ਬੰਗਾਰਿਓ ਜਨ ਨਿਜ ਕਾਲ ਬਣਾਏ, ਪੈਂਦੇ ਖਾਂ ਅੱਗੇ ਅੱਗੇ ਵਧਿਆ ਹੋਇਆ ਸੀ। ਉਧਰ ਸੈਯਦ ਦੀਦਾਰ ਅਲੀ ਖਾਂ ਉਹ ਆਇਆ, ਉਹਨੇ ਪੈਂਦੇ ਖਾਂ ਨੂੰ ਵੰਗਾਰਿਆ, ਉਹ ਕਹਿੰਦਾ ਵੱਡਿਆ ਜਰਨੈਲਾ ਆ ਮੇਰੇ ਨਾਲ ਦੋ ਹੱਥ ਕਰ। ਪੈਂਦੇ ਖਾਂ ਦਾ ਲੰਘਿਆ ਜਾਂਦਾ ਸੀ ਖੋਲੋਂ, ਇਹਨੇ ਜਾਣ ਬੁੱਝ ਕੇ ਆਪਣੀ ਮੌਤ ਨੂੰ ਆਵਾਜ਼ ਮਾਰ ਲਈ। ਸੈਯਦ ਦੀਦਾਰ ਅਲੀ ਖਾਂ ਨੇ ਆਪਣੀ ਮੌਤ ਨੂੰ ਵੰਗਾਰ ਕੇ ਆਪਣੇ ਵੱਲ ਪ੍ਰੇਰ ਲਿਆ। ਪਾਦੜੀ ਚੰਦ ਯਾ ਕੋ ਤਵਾਏ ਦੋਨੋਂ ਸੁਬੀਰ, ਦੀਦਾਰ ਅਲੀ ਖਾਂ ਤੇ ਪੈਂਦੇ ਖਾਂ ਦੋਵੇਂ ਘੋੜਿਆਂ ਨੂੰ ਪ੍ਰੇਰ ਕੇ ਆਮੋ ਸਾਹਮਣੇ ਹੋਏ। ਲੀਏ ਚਾਂਪ ਆਪ ਖਰ ਸੰਦ ਤੀਰ, ਔਰ ਕਹਿੰਦੇ ਇੱਕ ਵਾਰੀ ਪਹਿਲਾਂ ਤੀਰ ਜੜ ਲਏ ਤੰਦੀਆਂ ਦੇ ਉੱਤੇ ਤੇ ਤੀਰਾਂ ਨਾਲ ਜੰਗ ਲੜਨ ਲੱਗੇ। ਕੀਨੇ ਪ੍ਰਹਾਰ ਇਤ ਉਤੇ ਧਾਏ, ਇਧਰ ਉਧਰ ਦੌੜ ਕੇ ਤੀਰਾਂ ਦੇ ਵਾਰ ਕਰਦੇ ਚਲਾਉਂਦੇ ਨੇ। ਤੋਂ ਦਿਸ਼ਨ ਸੂਰ ਲਗ ਅਨਕ ਕਾਏ, ਦੋਹਾਂ ਪਾਸਿਆਂ ਦੇ ਸੂਰਮਿਆਂ ਨੂੰ ਤੀਰ ਵੱਜਦੇ ਨੇ, ਘਾਇਲ ਹੁੰਦੇ, ਜ਼ਖਮੀ ਹੁੰਦੇ ਤੇ ਮਰਦੇ ਨੇ। ਟਲਕੰਤ ਟਾਲ ਚਮਕੰਤ ਤੇਗ, ਟਾਲਾਂ ਟਲਕਦੀਆਂ ਨੇ, ਤੇਗਾਂ ਚਮਕਦੀਆਂ ਨੇ। ਥਰਕੰਤ ਛਟਾ ਕਨ ਜਿਉਂ ਸਵੇਗ, ਜਿਵੇਂ ਆਕਾਸ਼ ਵਿੱਚ ਬਿਜਲੀ ਥਿਰਕਦੀ ਆ, ਏਦਾਂ ਤੇਗਾਂ ਥਰਕਣ ਲੱਗੀਆਂ ਨੇ। ਲਗੇ ਅੰਤ ਕਾਏ ਗਿਰ ਅੰਤ ਵੀਰ, ਇਹਨਾਂ ਨੂੰ ਕਾਵ ਲੱਗਦੇ ਨੇ, ਇਕਦਮ ਜ਼ਮੀਨ ਤੇ ਡਿੱਗ ਪੈਂਦੇ ਨੇ। ਤਰੇ ਅੰਤ ਤੀਰ ਭਜੀ ਅੰਤ ਪੀਰ, ਹੌਸਲਾ ਕਰਕੇ ਲੜਦੇ ਨੇ ਯੋਧੇ ਸੂਰਮੇ। ਪਬ ਕੰਤ ਕਾਏ ਟਰ ਅੰਤ ਸ਼੍ਰੋਣ, ਸੂਰਮਿਆਂ ਦੇ ਸਰੀਰਾਂ ਚੋਂ ਖੂਨ ਭਬਕ ਕੇ ਬਾਹਰ ਨੂੰ ਨਿਕਲਦਾ, ਭਕ ਭਕ ਕਰਕੇ ਫੁਹਾਰੇ ਚੱਲਦੇ ਨੇ। ਗਲੇ ਅੰਤ ਦੀ ਬੁਝੀ ਅੰਤ ਕੌਣ, ਔਰ ਕਹਿੰਦੇ ਬੜੇ ਹਾਂਜੀ ਦਲੇ ਅੰਤ ਦੀ ਪੂਜਤ ਕੌਣ, ਔਰ ਕਹਿੰਦੇ ਦਲੇ ਜਾਂਦੇ ਨੇ ਸੂਰਮੇ ਤੇ ਪੁੱਛਦੇ ਨੇ ਕੌਣ ਮਾਰਿਆ ਗਿਆ। ਕੁਮੇ ਅੰਤ ਹੂਰ ਬਰੇ ਅੰਤ ਸੂਰ, ਪੂਰਾ ਫਿਰਦੀਆਂ ਨੇ ਸੂਰਮਿਆਂ ਨੂੰ ਵਰਦੀਆਂ ਨੇ। ਹਰ ਖੰਤ ਹੇਰ ਪਰ ਖੰਤ ਨੂਰ, ਔਰ ਉਹਨਾਂ ਦਾ ਨੂਰ ਵੇਖ ਵੇਖ ਕੇ
ਕੇ ਖੁਸ਼ ਹੁੰਦੀਆਂ ਹੂਰਾਂ। ਸੈਯਦ ਦੀਦਾਰ ਅਲੀ ਤਜ ਖਤੰਗ, ਸੈਯਦ ਦੀਦਾਰ ਅਲੀ ਖਾਤੀ ਅਤੀਰ ਚਲਾਉਂਦਾ, ਪਿਖ ਪੈਦ ਖਾਨ ਕੇ ਹਨ ਤੇ ਅੰਗ, ਪੈਂਦੇ ਖਾਨ ਨੂੰ ਵੇਖ ਕੇ ਤੀਰ ਮਾਰਨਾ ਚਾਹੁੰਦਾ ਦੀਦਾਰ ਅਲੀ, ਪਹਿਰੇ ਸੰਜੋਏ ਨੈ ਲਗਤ ਕੋਏ, ਪੈਂਦੇ ਖਾਨ ਵੀ ਸੰਜੋ ਪਾਈ ਹੋਈ ਤੀਰ ਕੋਈ ਵੱਜਦਾ ਨੀ ਪੈਂਦੇ ਖਾਨ ਨੂੰ, ਸੈ ਡੋਬ ਲੋ ਮੋ ਮੈਂ ਸੋਏ, ਸਾਰਾ ਸਰੀਰ ਉਹਦਾ ਲੋਹੇ ਦੇ ਵਿੱਚ ਡੁੱਬਿਆ ਹੋਇਆ ਬੱਧਿਆ ਹੋਇਆ, ਬੋ ਕਰ ਉਪਾਏ ਹਥਿਆਰ ਡਾਰ, ਬਹੁਤ ਸਾਰੇ ਉਪਾ ਕਰਕੇ ਹਥਿਆਰ ਲੈ ਕੇ ਵੱਧ ਵੱਧ ਕੇ ਮਾਰਦੇ ਹਨ, ਇਤ ਉਤ ਤਵਾਏ ਕਰ ਹੈ ਪ੍ਰਹਾਰ, ਇਧਰ ਉਧਰ ਘੋੜਿਆਂ ਨੂੰ ਦੌੜਾ ਕੇ ਪ੍ਰਹਾਰ ਕਰਦੇ ਨੇ, ਤਬ ਪੈਂਦੇ ਖਾਨ ਗਨ ਤਜਤ ਬਾਨ, ਪੈਂਦੇ ਖਾਂ ਆਪਣੇ ਅਨੇਕਾਂ ਤੀਰ ਚਲਾਉਂਦਾ, ਕਰ ਕਵਚ ਤਾਏ ਨੈ ਚੁਬੈ ਜਾਨ, ਪਰ ਉਹਦੇ ਸਰੀਰ ਤੇ ਦੀਦਾਰ ਅਲੀ ਨੇ ਵੀ ਕਵਚ ਪਾਇਆ ਹੋਇਆ, ਉਹਨੂੰ ਕੋਈ ਤੀਰ ਨਹੀਂ ਵੱਜਦਾ, ਇਮ ਉਰ ਵਿਚਾਰ ਤਤ ਕਹਿ ਤੁਰੰਗ, ਇਸ ਤਰ੍ਹਾਂ ਵਿਚਾਰ ਕਰਕੇ ਪੈਂਦੇ ਖਾਂ ਘੋੜੇ ਤੋਂ ਥੱਲੇ ਉਤਰਨ ਦੀ ਸੋਚਣ ਲੱਗਾ, ਹੱਤ ਤੀਰ ਤਾਰ ਕੇ ਪਾਲ ਅੰਗ, ਸੋਚਦਾ ਵੀ ਇਹਨੂੰ ਥੱਲੇ ਉਤਰ ਕੇ ਮਾਰਾਂ, ਇਸ ਪ੍ਰਕਾਰ ਨਾਲ ਪੈਂਦੇ ਖਾਂ ਸੈਯਦ ਦੀਦਾਰ ਅਲੀ ਖਾਂ ਦੇ ਨਾਲ ਲੜ ਰਿਹਾ ਹੈ, ਔਰ ਇਸ ਦੀਦਾਰ ਅਲੀ ਖਾਂ ਨੂੰ ਮਾਰਨਾ ਚਾਹੁੰਦਾ ਹੈ, ਵੱਡ ਬੇਗ ਸਹਿਤ ਲਾਗੀ ਉਹ ਪ੍ਰਹਾਰ, ਬੇਗ ਨਾਲ ਤੀਰ ਚਲਾਇਆ ਇਹਨੂੰ ਤੀਰ ਵੱਜਾ, ਪ੍ਰਭ ਸ਼ਿਓ ਸ਼ਿਗਰ ਗਾ ਪਿਛਲ ਪਾਰ, ਕਹਿੰਦੇ ਮੱਥੇ ਵਾਲੀ ਜਗ੍ਹਾ ਖਾਲੀ ਸੀ ਦੀਦਾਰ ਅਲੀ ਖਾਂ ਦੀ, ਪੈਂਦੇ ਖਾਂ ਨੇ ਨਿਸ਼ਾਨਾ ਲਾਇਆ ਮੱਥੇ ਵਿੱਚ ਤੀਰ ਵੱਜਾ, ਤੀਰ ਪਾਰਲੇ ਪਾਸੇ ਜਾ ਨਿਕਲਿਆ, ਤਤਕਾਲ ਗਿਰਿਓ ਸੈਯਦ ਤੁਰੰਗ, ਸੈਯਦ ਦੀਦਾਰ ਅਲੀ ਖਾਂ ਦਾ ਘੋੜਾ ਜਿਹੜਾ ਸੀ ਉਹ ਡਿੱਗ ਪਿਆ, ਤਬ ਪਰਿਓ ਉਤਰ ਤਰ ਬੇਗ ਅੰਗ, ਦੀਦਾਰ ਅਲੀ ਖਾਂ ਬਚ ਗਿਆ, ਇਹਦੇ ਘੋੜੇ ਦੇ ਮੱਥੇ ਦੇ ਵਿੱਚ ਤੀਰ ਵੱਜਾ, ਘੋੜਾ ਮਰ ਗਿਆ, ਦੀਦਾਰ ਅਲੀ ਖਾਂ ਘੋੜੇ ਤੋਂ ਥੱਲੇ ਲੱਥ ਆਇਆ, ਸੜਕੰਤ ਖੜਗ ਗੈ ਢਾਲ ਹਾਥ, ਇਹਨੇ ਹੱਥ 'ਚ ਢਾਲ ਫੜ ਲਈ ਤਲਵਾਰ ਪਕੜ ਲਈ, ਰੁਪ ਰਹੋ ਵੀਰ ਕੈ ਖਾਨ ਸਾਥ, ਔਰ ਜੰਗ ਦੇ ਮੈਦਾਨ 'ਚ ਪੈਰ ਅੜਾ ਕੇ ਸੈਯਦ ਦੀਦਾਰ ਅਲੀ ਖਾਂ ਖਲੋ ਗਿਆ, ਯਾ ਹੱਤੀਓ ਕਹਾਂ ਕਿਆ ਪਾਜ ਤਾਏ, ਪੈਂਦੇ ਖਾਂ ਨੂੰ ਵੰਗਾਰ ਕੇ ਕਹਿੰਦਾ ਉਹ ਪੈਂਦਿਆ ਮੇਰਾ ਘੋੜਾ ਮਾਰ ਕੇ ਕਿਹੜੀ ਤੂੰ ਦਲੇਰੀ ਕਰ ਲਈ ਹੈ, ਤੁਝ ਹੱਥ ਨਿਹਾਰ ਪਿਖਲੇ ਹੋ ਮੋਏ, ਵੇਖ ਮੈਂ ਤੈਨੂੰ ਮਾਰਨ ਵਾਲਾ ਖੜਾ ਹਾਂ, ਮੈਂ ਤੈਨੂੰ ਮਾਰਾਂਗਾ, ਅਬ ਤਰੇ ਉਤਰ ਕਰ ਦੋਏ ਹੱਥ, ਪੈਂਦੇ ਖਾਂ ਵੀ ਘੋੜੇ ਤੋਂ ਫਿਰ ਛਾਲ ਮਾਰ ਕੇ ਥੱਲੇ ਲੱਥ ਆਇਆ, ਤਬ ਲਖੋ ਹੋਏ ਬਲ ਅਧਿਕ ਸਾਥ, ਸੈ ਨ ਸਕਿਓ ਪਚ ਪੈਂਦੇ ਖਾਂ, ਪੈਂਦੇ ਖਾਂ ਕੋਲੋਂ ਇਹ ਲਲਕਾਰ ਜਰੀ ਨਹੀਂ ਗਈ, ਯਾ ਤਜਿਓ ਆਪ ਬਨ ਸਾਵਧਾਨ, ਸਾਵਧਾਨ ਹੋ ਕੇ ਘੋੜੇ ਤੋਂ ਥੱਲੇ ਉੱਤਰ ਆਇਆ ਪੈਂਦੇ ਖਾਂ, ਹੋਏ ਨਿਕਟ ਕਯੋ ਕਿਉਂ ਮਰਨ ਚਾਹੇ, ਕੋਲ ਜਾ ਕੇ ਪੈਂਦੇ ਖਾਂ ਕਹਿੰਦਾ ਉਹ ਦੀਦਾਰ ਅਲੀ ਹਲੇ ਵੀ ਮੌਕਾ ਦੇਨਾ, ਜਾ ਚਲਾ ਜਾ, ਕਿਉਂ ਮਰਨਾ ਚਾਹੁੰਦਾ ਮੇਰੇ ਹੱਥੋਂ, ਮਮ ਨਾਮ ਸੁਣਿਓ ਕੈ ਪ੍ਰਥਮ ਨਾਏ, ਕਹਿੰਦਾ ਮੇਰਾ ਨਾਂ ਸੁਣਿਆ ਕਿ ਨਹੀਂ ਸੁਣਿਆ, ਪਹਿਲਾਂ ਮੇਰੇ ਬਾਰੇ ਜਾਣਦਾ ਕਿ ਨਹੀਂ ਜਾਣਦਾ, ਮਮ ਏਕ ਮੁਸ਼ਟ ਕੋ ਲੈ ਸਹਾਰ, ਮੈਂ ਇੱਕ ਮੁੱਕਾ ਮਾਰ ਕੇ ਤੇਰੀ ਜਾਨ ਕੱਢ ਸਕਦਾ, ਪੈਂਦੇ ਖਾਂ ਕਹਿੰਦਾ, ਕਹਿੰਦਾ ਮੈਨੂੰ ਤਲਵਾਰ ਨਹੀਂ ਮਾਰਨੀ ਪੈਣੀ, ਇੱਕ ਮੁੱਕਾ ਮਾਰ ਕੇ ਤੇਰੀ ਜਾਨ ਕੱਢ ਲਵਾਂ, ਜਾਣਦਾ ਮੈਨੂੰ ਮੈਂ ਕੌਣ ਆ, ਪੁਨ ਕਰੋ ਖੜਗ ਤੇਰੇ ਪ੍ਰਹਾਰ, ਪਿਖ ਮੁਗਲ ਸਖਾਂ ਸਰਦਾਰ ਦੋਏ, ਉਧਰ ਹੁਣ ਮੁਗਲ ਸਖਾਂ ਨੇ ਵੇਖਿਆ ਉਹਦੇ ਦੋ ਸਰਦਾਰ ਬਚੇ ਸੀ, ਦੋਵੇਂ ਮਾਰੇ, ਦੀਦਾਰ ਅਲੀ ਵੀ ਮਾਰਿਆ ਗਿਆ, ਸੁਲਤਾਨ ਬੇਗ ਵੀ ਮਾਰਿਆ ਗਿਆ, ਹੁਣ ਇਹ ਆਪ ਕੱਲਾ ਹੀ ਰਹਿ ਗਿਆ, ਇਹ ਹੁਣ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਵੰਗਾਰ ਕੇ ਆਇਆ ਸਾਹਮਣੇ, ਕਹਿੰਦਾ ਮਹਾਰਾਜ
ਫੌਜ ਸਾਰੀ ਸਿਮਟ ਚੁੱਕੀ ਹੈ, ਜਰਨੈਲ ਮੇਰਾ ਕੋਈ ਬਾਕੀ ਨਹੀਂ ਬਚਿਆ। ਦੂਜੇ ਪਾਸੇ ਤੁਸੀਂ ਜਰਨੈਲ ਹੋ, ਇੱਧਰੋਂ ਮੈਂ ਆ, ਤੇ ਆਪਾਂ ਹੀ ਦੋਵੇਂ ਹੱਥ ਕਰੀਏ। ਤੀਰ ਤੁਸੀਂ ਬੜੇ ਚਲਾ ਲੈਂਦੇ ਹੋ, ਤੀਰਾਂ ਦਾ ਮੈਂ ਤੁਹਾਡਾ ਮੁਕਾਬਲਾ ਨਹੀਂ ਕਰ ਸਕਾਂਗਾ। ਤਲਵਾਰ ਢਹਿਲ ਲਾ ਕੇ ਤੁਸੀਂ ਆਓ ਤੇ ਤਲਵਾਰ ਢਾਲ ਲੈ ਕੇ ਮੈਂ ਆਉਣਾ। ਜਿਵੇਂ ਮਹਾਰਾਜ ਜੀ ਦੇ ਨਾਲ ਲੜ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ ਔਰ ਜੰਗ ਫਤਿਹ ਹੋਵੇਗਾ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੇ ਘਰ ਦੀ ਕਥਾ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੇ ਖੇਮਾ ਵਾਹਿਗੁਰੂ 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 ਵਾਹਿਗੁਰੂ।